ਕੰਮੋ ਓ ਕੰਮੋ, ਹਾਂਜੀ। ਓ ਯਾਰ ਲਿਆ ਚਾਹ ਯਾਰ, ਕਦੋਂ ਦਾ ਵੇਟ ਕਰੀ ਜਾਂਦਾ ਮੈਂ, ਜਾਣਾਗਾ। ਆ ਲਓ, ਬਾਲੀ ਨਾ ਅੱਗ ਨਾ ਮਚਾਇਆ ਕਰੋ, ਠੀਕ ਹੈ? ਚਾਹ ਬਣ ਦੂਗੀ, ਬਣਦੀ ਹੁੰਦੀ ਹੈ। ਯਾਰ ਤੈਨੂੰ ਪਤਾ ਮੈਂ ਜਾਣਾਗਾ। ਤੇ ਤੁਸੀਂ ਅਜੇ ਫੇਰ ਚੱਲੇ ਹੋ, ਕੋਈ ਕੰਮ ਕਾਰ ਕਰ ਲਓ। ਯਾਰ ਕੰਮ ਕਰ, ਤੈਨੂੰ ਪਤਾ ਸੀਗਾ, ਬਾਪੂ ਨੇ ਕਿਹਾ ਸੀਗਾ ਨਾ ਵੀ ਮੁੰਡਾ ਭਾਈ ਪੜ੍ਹ ਕੇ ਹਟਿਆ, ਬੀਏ ਕਰਕੇ ਹਟਿਆ ਹਾਲੇ। ਮੈਂ ਤੈਨੂੰ ਉਦੋਂ ਕਿਹਾ ਸੀਗਾ ਵੀ ਹਾਲੇ ਵਿਆਹ ਤੂੰ ਮੇਰੇ ਨਾਲ ਨਾ ਕਰਾ, ਮੈਨੂੰ ਲੱਗ ਜਾਣ ਦੇ ਕਿਸੇ ਸਰਕਾਰੀ ਨੌਕਰੀ। ਅੱਛਾ, ਵੀ ਜੇ ਵਿਆਹ ਕਰਾ ਲਿਆ ਹੁਣ ਕੰਮ ਨਹੀਂ ਕਰਨਾ ਹੈਗਾ। ਯਾਰ ਮੇਰੇ ਤੋਂ ਪ੍ਰਾਈਵੇਟ ਕੰਮ ਨਹੀਂ ਹੁੰਦਾ, ਕਿਉਂ, ਪ੍ਰਾਈਵੇਟ ਕੰਮ ਕਾਹਤੋਂ ਨਹੀਂ ਹੁੰਦਾ ਗਾ? ਮੈਂ ਨਹੀਂ ਕਰਨਾ ਪ੍ਰਾਈਵੇਟ ਕੰਮ, ਮੈਂ ਮੇਰੀ ਗੱਲ ਸਰਕਾਰੀ ਸੁਣੋ, ਜੋਬ ਕਰਨੀ ਆ, ਠੀਕ ਆ। ਠੀਕ ਹੈ, ਜਿੱਦੇ ਸਰਕਾਰੀ ਮਿਲ ਗਈ ਪ੍ਰਾਈਵੇਟ ਛੱਡ ਦਿਓ, ਉਹਨੇ ਟਾਈਮ ਤੱਕ ਕੰਮ ਕਰ ਕਰੋ। ਯਾਰ ਖੇਤਾਂ ਬੰਨਿਆਂ ਦਾ ਹੁਣ ਮੈਂ ਹੀ ਕਰਦਾ, ਪੱਠੇ ਦੱਥੇ ਦਾ ਸਾਰਾ। ਤੇ ਅੱਜ ਕਿੱਧਰ ਤਿਆਰੀ ਖਿੱਚੀ ਫਿਰ ਇਹਦਾ? ਅੱਜ ਫਿਰ ਮਾੜਾ ਜਿਹਾ ਜਾ ਕੇ ਆਉਣਾ ਲਾਡੀ ਨਾਲ। ਲਾਡੀ ਨੇ ਕਿੱਥੇ ਜਾਣਾ? ਉਹ ਯਾਰ ਉਹਨੇ ਕੈਮਰਾ ਲੈਣਾ ਗਾ, ਉਹਨੇ ਐਡੀਟਿੰਗ ਦਾ ਕੰਮ ਜਿਹਾ ਸ਼ੁਰੂ ਕੀਤਾ ਨਵਾਂ, ਨਾਲੇ ਵੀਡੀਓ ਵਗੈਰਾ ਹੋਰ ਬਣਾਇਆ ਤਾਂ ਨਹੀਂ ਕਰੂ। ਜਾਣਾ ਕਿਤੇ? ਉਹ ਯਾਰ ਨਹੀਂ ਜਾਣਾ, ਜੇ ਬਾਲਾ ਕਰਦੀਆਂ ਲਾਡੀ ਨਾਲ ਗੱਲ ਕਰ ਲਾ ਫੋਨ ਲਾ ਕੇ। ਪੁੱਛੂਗੀ, ਪੁੱਛੂਗੀ ਕਿਉਂ ਨਹੀਂ ਮੈਂ? ਚੱਲ ਬਾਅਦ ਚ ਪੁੱਛ ਲਈ, ਹੁਣ ਅਗਲਾ ਕਹਿਣ ਦਾ ਪਤਾ ਨਹੀਂ ਜਾਣ ਕੀ ਕੀ। ਮੈਂ ਤਾਂ ਪੁੱਛੂਗੀ। ਪੁੱਛ ਲਈ ਜੇ ਤੈਨੂੰ ਮੈਂ ਕਹਿਤਾ। ਹੈਲੋ ਲਾਡੀ, ਕਰੀ ਗੱਲ ਯਾਰ ਇਹਦੇ ਨਾਲ ਵੀ ਕਿੱਥੇ ਜਾਣਾ। ਹੈਲੋ। ਹੈਲੋ, ਹਾਂ ਵੀਰੇ, ਸਤਿ ਸ਼੍ਰੀ ਅਕਾਲ, ਸਸੀ ਬੀ, ਕੀ ਹਾਲ ਨੇ? ਵਧੀਆ, ਤੁਸੀਂ ਦੱਸੋ? ਠੀਕ ਹੈ। ਤੇ ਕਿੱਥੇ ਚੱਲੇ ਹੋ ਅੱਜ? ਬਸ ਉਹ ਕੈਮਰਾ ਲੈ ਕੇ ਆਉਣਾ ਸੀਗਾ, ਮੈਂ ਕੰਮ ਸ਼ੁਰੂ ਕੀਤਾ ਐਡੀਟਿੰਗ ਦਾ। ਕਿੱਥੇ ਜਾਣਾ, ਕਿੱਥੇ ਹੈਗਾ? ਇੱਥੇ ਨੇੜੇ ਤੇੜੇ ਲੈ ਕੇ ਜਾਵਾਂਗੇ, ਨੇੜੇ ਬੜੇ ਦੂਰ ਤੇੜੇ? ਨਹੀਂ ਜਾਂਦੇ, ਨੇੜੇ ਤੇੜੇ ਕੋਈ ਪਿੰਡ ਸ਼ਹਿਰ ਦਾ ਨਾਮ ਹੋਊਗਾ ਨਾ? ਆਪਣਾ ਚਨੀ ਨਹੀਂ ਹੈਗਾ, ਉੱਥੇ ਸਸਤੇ ਮਿਲਦੇ, ਉੱਥੋਂ ਲੈ ਜਾਵਾਂਗੇ। ਅੱਛਾ, ਤੇ ਗੱਲ ਸੁਣੇਗਾ ਇੱਕ, ਠੀਕ ਹੈ ਨਾ? ਦੱਸੋ। ਟਾਈਮ ਸਰ ਚੱਲ ਜਾਓ ਤੇ ਟਾਈਮ ਸਰ ਮੁੜ ਆਇਓ, ਇਹ ਨਾ ਹੋਵੇ ਕਿ ਅੱਧੀ ਰਾਤ ਘਰੇ ਵੜੋ, ਓਕੇ ਭਾਬੀ ਜੀ? ਓਕੇ, ਠੀਕ ਹੈ? ਠੀਕ ਹੈ ਜੀ। ਤੇ ਬਾਕੀ ਤੂੰ ਸਮਝਦਾਰ ਆ ਤੇ ਆਪਦਾ ਇਹਨੂੰ ਬਚਾ ਕੇ ਰੱਖੀ, ਨਹੀਂ ਤੇ ਕਿਤੇ ਇਹਦੀ ਕਲਾਸ ਨਾ ਲੱਗ ਜੇ ਘਰੇ ਨਾ ਆ ਕੇ। ਕੋਈ ਕੋਈ ਨਾ ਭਾਬੀ, ਟੈਨਸ਼ਨ ਨਾ। ਚੱਲ ਠੀਕ ਹੈ ਵੀਰੇ। ਠੀਕ ਹੈ। ਨਹੀਂ ਮਰੀ ਜਾਂਦੀ ਆ, ਹੋਰ ਹੀ ਗੱਲਾਂ ਕਹੀ ਜਾਂਦੀ ਆ ਅਗਲੇ ਕੋਲ। ਕਿਉਂ ਕਵਾਂ ਨਾ, ਹੱਕ ਆ ਮੇਰਾ। ਯਾਰ ਹੱਕ ਤਾਂ ਹੈਗਾ, ਠੀਕ ਹੈ ਅਗਲਾ ਫਿਰ, ਤੇਰੇ ਘਰ ਵਾਲੀ ਨੂੰ ਇੰਨਾ ਵੀ ਯਕੀਨ ਹੈ ਨਹੀਂ ਤੇਰੇ ਤੇ। ਮੈਂ ਕਿਹੜਾ ਨਾਲ ਚੱਲੀ ਹੈਗੀ, ਤੁਸੀਂ ਜਾਵੇ ਜੋ ਕੁਛ ਮਰਜ਼ੀ, ਉਵੇਂ ਨਹੀਂ ਵੀ ਫੋਨ ਹੱਕ ਲਾ ਨਾਲ ਕੇ ਹੀ ਕਹਿੰਦਾ ਹੁੰਦਾ ਵੀ ਬੰਦਾ, ਫੋਨ ਲਾ ਕੇ ਕਨਫਰਮ ਕੀਤਾ। ਪੁੱਛਣ ਦਾ ਹੱਕ ਤਾਂ ਹੈਗਾ ਹੀ ਆ, ਲੈ ਵੀ ਬੰਦਾ ਕਿੱਥੇ ਚੱਲਿਆ, 100 ਕੋਈ 19 21 ਹੋ ਜੇ, ਮੈਨੂੰ ਪਤਾ ਹੋਣਾ ਚਾਹੀਦਾ ਕਿੱਥੇ ਚੱਲੇ ਹੋਗੇ। ਚੱਲ ਠੀਕ ਹੈ, ਪੁੱਛਿਆ ਨਾ, ਪੁੱਛ ਲਿਆ, ਹੁਣ ਯਕੀਨ ਆ ਗਿਆ ਹੈ। ਨਾਲੇ ਰਹੀ ਗੱਲ ਜੋਬ ਦੀ, ਜੋਬ ਤਾਂ ਮੈਂ ਸਰਕਾਰੀ ਕਰੂੰਗਾ, ਮੈਂ ਨਹੀਂ ਕੋਈ ਪ੍ਰਾਈਵੇਟ ਕਰਨੀ, ਠੀਕ ਹੈ। ਆ ਕਿਉਂ ਚੱਕਿਆ ਹੈਗਾ? ਇਹ ਤੇਰਾ ਵਾ ਕੀ ਕਹਿੰਦੇ ਹੁੰਦੇ ਨੂੰ, ਕਲੱਚਰ? ਨਹੀਂ ਪਤਾ, ਚੱਲ ਜੋ ਮਰਜ਼ੀ ਹੈ, ਪੁੱਛ ਕੇ ਵੀ ਕੀ ਲੈਣਾ ਤੁਸੀਂ, ਤੁਸੀਂ ਕਿਹੜਾ ਲਾਉਣਾ? ਤੂੰ ਤਾਂ ਦਲਜੀਤ ਤੇ ਸਮਝ ਵਾਲੀਆਂ ਗੱਲਾਂ ਤੇ ਆ ਗਈ ਵੀ ਤੂੰ ਪੁੱਛ ਕੇ ਅੰਬ ਲੈਣੇ ਆ। ਚਲੋ ਠੀਕ ਹੈ, ਡਾਇਲੋਗ ਉਹਨਾਂ ਬਾਹਲੇ ਮਾਰੋ, ਤੇ ਬਾਹਰ ਬਾਪੂ ਵੀ ਬੁਲਾਈ ਜਾਂਦਾ ਸੀਗਾ ਤੁਹਾਨੂੰ। ਚੱਲ ਸੁਣ ਲਾ ਗੱਲ, ਕੀ ਕਹਿੰਦਾ ਬਾਪੂ? ਤੁਹਾਨੂੰ ਬੁਲਾਉਂਦਾ ਸੀ? ਮੈਨੂੰ ਨਹੀਂ ਬੁਲਾਉਂਦਾ ਸੀ, ਉਹ ਤੈਨੂੰ ਬੁਲਾਉਂਦਾ, ਉਹਨੇ ਰੋਟੀ ਅੱਛਾ ਰੋਟੀ ਖਾਣੀ ਹੁੰਦੀ ਹੈ, ਪੁੱਛ ਲਾ। ਠੀਕ ਆ, ਹਾਂ ਸੱਚ ਮੈਂ ਤਾਂ ਰੋਟੀ ਵੀ ਨਹੀਂ ਫੜਾਈ ਹੈਗੀ ਕਿ ਇਧਰ ਹੀ ਗੱਲਾਂ ਲੱਗ ਗਈ, ਤਾਂ ਮੈਂ ਰੋਟੀ ਫੜਾ ਦਾਂ ਬਾਪੂ ਨੂੰ ਫਿਰ। ਫੜਾ ਦੇ, ਥੋੜਾ ਦੇ। ਕੰਮੋ, ਹਾਂਜੀ ਬਾਪੂ ਜੀ, ਮੇਰੀ ਗੱਲ ਤਾਂ ਸੁਣ ਲਿਆ ਕਰ ਭਾਈ ਤੂੰ। ਬਾਪੂ ਜੀ ਮੈਂ ਨਾ ਸਨੀ ਕੋਲ ਬੈਠੀ ਸੀਗੀ। ਮੇਰੀ ਗੱਲ ਸੁਣ, ਕੱਲੀ ਉਹਦੇ ਕੋਲ ਹੀ ਬੈਠੀ ਰਹਿਣੀ ਆ ਤੇ ਮੈਂ ਬਾਜਾਂ ਮਾਰੀ ਜਾਂਦਾ, ਮੇਰੀ ਵੀ ਗੱਲ ਸੁਣ ਲਿਆ ਕਰ ਤੂੰ। ਬਾਪੂ ਜੀ ਉਹ ਤਾਂ ਗੱਲ ਠੀਕ ਆ, ਮੈਂ ਤਾਂ ਉਹਨਾਂ ਨੂੰ ਕੰਮ ਕਾਰ ਬਾਰੇ ਕਹੀ ਜਾਂਦੀ ਸੀਗੀ ਵੀ ਚੱਲ ਕੋਈ ਗੱਲ ਨੀ, ਜਦੋਂ ਸਰਕਾਰੀ ਨੌਕਰੀ ਮਿਲੂ ਵੇਖੀ ਜਾਊ, ਵੀ ਉਹਨੇ 10-12 ਹਜ਼ਾਰ ਤੇ ਜਿੱਥੇ ਕੰਮ ਲੱਗਦੇ ਆ ਵੀ ਤੁਸੀਂ ਲੱਭ ਹੀ ਲਓ, ਲੱਗ ਜਾਓ। ਮੇਰੀ ਗੱਲ ਸੁਣ, ਤੇਰੇ ਪਿਓ ਨੇ ਮੈਨੂੰ ਲੱਗਦਾ ਦੱਸਿਆ ਨਹੀਂ ਹੋਣਾ ਗੱਲ, ਜਿੱਦੇ ਤੇਰਾ ਪਿਓ ਦੇਖਣ ਆਇਆ ਸੀ ਨਾ ਮੇਰੇ ਮੁੰਡੇ ਨੂੰ, ਉਦੋਂ ਮੈਂ ਕਿਹਾ ਸੀ
ਵੀ ਮੇਰਾ ਮੁੰਡਾ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ, ਇਕੱਲਾ ਇਕੱਲਾ ਮੁੰਡਾ ਮੇਰੇ, ਅਤੇ ਰਿਹਾ ਜਿਹੜਾ ਖਰਚਾ ਪਾਣੀ ਦੇਣਾ ਉਹ ਮੈਂ ਹੀ ਕਰਨਾ ਸਾਰਾ, ਅਤੇ ਜਦੋਂ ਮੈਂ ਤੈਨੂੰ ਬੋਲ ਮਾਰਿਆ ਕਰਾਂ ਨਾ, ਪਹਿਲੇ ਬੋਲ 'ਤੇ ਮੈਨੂੰ ਹਾਂ ਨਾ ਕਰਦਿਆ ਕਰ, ਉੱਥੇ ਬੈਠੀ ਰਹਿੰਦੀ ਹਾਂ ਇਕੱਲੇ ਨਾਲ ਉਹਦੇ ਨਾਲ ਮੋਢਾ ਲਾ ਕੇ। ਬਾਪੂ ਜੋ ਤਾਂ ਤੁਹਾਡੀ ਗੱਲ ਠੀਕ ਆ, ਪਰ ਫਿਰ ਵੀ ਹੁਣ ਸਨੀ ਨੂੰ ਕੰਮ ਤਾਂ ਕਰਨਾ ਚਾਹੀਦਾ ਨਾ, ਕਿਉਂਕਿ ਫੈਮਿਲੀ ਆ, ਕੋਈ ਖਰਚੇ ਪੱਠੇ ਹੁੰਦੇ ਹੀ ਨੇਗੇ। ਲੈ ਦੱਸ, ਮੈਂ ਪਹਿਲਾਂ ਇਹ ਨਹੀਂ ਕਿਹਾ, ਤੇਰੇ ਪਿਓ ਨਾਲ ਮੈਂ ਸਾਰੀ ਗੱਲ ਕੀਤੀ ਆ ਵੀ ਮੇਰਾ ਮੁੰਡਾ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦਾ, ਜਿਹੜਾ ਘਰ ਦਾ ਖਰਚਾ ਪਾਣੀ ਤੇ ਸਾਰਾ ਮੈਂ ਕਰਾਂਗਾ, ਤੇ ਰਹੀ ਗੱਲ ਦੂਜੀ, ਮੇਰੇ ਕਹੇ ਤੋਂ ਬਿਨਾਂ ਨਾ ਪਤੰਗਾ ਕੀ ਵਾਹਰ ਜਾਂਦਾ, ਜਿਵੇਂ ਮੈਂ ਕਹਿੰਦਾ ਉਵੇਂ ਹੁੰਦੀ ਹੈ, ਮੇਰੀ ਹਾਂ ਚ ਹਾਂ ਕਰਦੀ ਰਿਹਾ ਕਰ, ਇਕੱਲੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਰਹਿੰਦੀ ਹੈ। ਸੁਣਿਆ? ਠੀਕ ਹੈ ਬਾਪੂ ਜੀ। ਹਾਂ, ਜਦੋਂ ਮੈਂ ਆਵਾਜ਼ ਮਾਰਾਂ ਪਹਿਲੀ ਆਵਾਜ਼ ਤੇ ਹਾਂ ਨਾ ਕਰਿਆ ਕਰ। ਰੋਟੀ ਲਿਆ ਦਾ ਬਾਪੂ ਵੀ ਬਣੀ ਪਈ ਆ। ਲਿਆ, ਠੀਕ ਹੈ, ਖਵਾ ਰੋਟੀ। ਸਨੀ ਓਏ ਆ ਜਾ ਯਾਰ, ਇੱਕ ਤਾਂ ਇੰਨੀ ਗਰਮੀ ਪਈ ਜਾਂਦੀ ਆ, ਆਉਣਾ ਆ ਜਾ ਭਰਾਵਾ। ਹਾਂ ਆ ਜਾਣਾ, ਘੰਟਾ ਹੋ ਗਿਆ। ਆਉਣਾ ਯਾਰ, ਵੇਟ ਵੀ ਕਰ ਲਈ ਦੀ ਹੁੰਦੀ ਆ। ਕੀ ਕਰਦਾ ਸੀ ਹਜੇ? ਚਾਹ ਪੀਂਦਾ ਸੀ ਯਾਰ। ਚਾਹ ਕਾਹਨੂੰ ਪੀਂਦਾ ਸੀ? ਭਾਬੀ ਨੀ ਲੋਟ ਆਉਂਦੀ ਤੇਰੇ ਤੋਂ। ਕਿਉਂ? ਹੋਰ ਹੁਣ ਲਾ ਕੰਜਰ ਦਾ, ਜੇ ਤੈਨੂੰ ਫੋਨ ਲਾ ਲਿਆ ਉਹ ਤਾਂ ਐਂ ਪੁੱਛਦੀ ਸੀਗੀ ਵੀ ਹੈਗਾ ਕਿ ਨਹੀਂ ਹੈਗਾ, ਉਹ ਜਾਊਗਾ ਕਿ ਨਹੀਂ, ਵੀ ਲਾਡੀ ਨਾਲ ਹੀ ਜਾਂਦਾ। ਲਾਡੀ ਨਾਲ ਜਾਂਦਾ, ਉਹਨੂੰ ਇੰਨਾ ਵੀ ਯਕੀਨ ਨਹੀਂ ਹੈ ਤੇਰੇ ਤੇ? ਯਕੀਨ ਤਾਂ ਹੈਗਾ ਉਹਨੂੰ, ਬਸ ਲੱਗ ਗਿਆ ਤੂੰ ਵੀ ਭਰਾਵਾ ਤੀਵੀਂ ਥੱਲੇ। ਉਹ ਯਾਰ ਤੀਵੀਂ ਥੱਲੇ ਲੱਗਣ ਵਾਲੀ ਲਾਡੀ ਬਹਿ ਜਾ, ਗਰਮੀ ਬਾਹਲੀ ਆ ਭਰਾਵਾ, ਮੈਂ ਤਾਂ ਪਹਿਲੀ ਮੱਚ ਗਿਆ ਹੁਣ। ਮੰਮੀ ਵੀ ਪਤਾ ਨਹੀਂ ਕਿੱਥੇ ਰਹਿ ਗਈ, ਦੇਖੀ ਮੰਮੀ ਨੂੰ ਅੱਜ ਮੈਂ ਦੱਸੂਗੀ ਕੋਈ। ਆ ਗਏ ਮੰਮੀ ਜੀ? ਆ ਗਈ ਪੁੱਤ, ਮੈਂ ਤਾਂ ਸੱਚੀ ਉੱਥੇ ਬਸ ਬਲਾਹੀ ਚਿਰ ਲੱਗ ਗਿਆ ਮੈਨੂੰ ਤਾਂ। ਤੁਸੀਂ ਵੀ ਨਾ ਪਤਾ ਨਹੀਂ ਉੱਥੇ ਜਾ ਕੇ ਬਹਿ ਜਾਂਦੇ, ਮੈਂ ਕਦੋਂ ਦੀ ਵੇਟ ਕਰੀ ਜਾਂਦੀ ਹਾਂ ਤੁਹਾਡੀ। ਭਾਈ ਉਹਨਾਂ ਦਾ ਕੰਮ ਹੀ ਇਹੋ ਜਿਹਾ ਸੀ, ਤੈਨੂੰ ਪਤਾ ਉਹਨਾਂ ਨੇ ਨਾਨਕ ਸ਼ੱਕ ਭਰਨ ਜਾਣਾ ਸੀ। ਬਹੁਤੀ ਕੱਪੜਾ ਈੜਾ ਕੱਢੀ ਗਈਆਂ ਕੱਢੀ ਗਈਆਂ, ਕਦੇ ਕਹਿਣ ਚਾਚੀ ਆਹ ਦੇਖ ਜਾ, ਕਦੇ ਆਹ ਅਲਮਾਰੀ ਦੇਖ, ਕਦੇ ਹੈ ਬੈੱਡ ਦੇਖ, ਫਿਰ ਕੱਪੜੇ ਕੁੱਪੜੇ ਜੇ ਕੱਢ ਕੇ ਬਹਿ ਗਏ ਟੂਮ ਟਾਕੀ 'ਚ, ਫਿਰ ਕਹਿੰਦੇ ਚਾਹ ਪਾਣੀ ਪੀ। ਤੈਨੂੰ ਪਤਾ ਵੀ ਤਾਂ ਮੇਰਾ ਤਾਂ ਦਿਮਾਗ ਖਰਾਬ ਕਰਤਾ। ਮੈਂ ਭਾਈ ਚਾਹ ਬਣਾਵਾਂ? ਨਾ ਮੈਂ ਚਾਹ ਤਾਂ ਪੀ ਕੇ ਆਈ ਹਾਂ, ਮੇਰਾ ਤਾਂ ਦਿਮਾਗ ਖਰਾਬ ਹੋ ਗਿਆ। ਆਖਦੀਆਂ ਤੇ ਆਉਂ ਤਾਂ, ਨਾਲੇ ਇਹ ਫੁਕਰੀਆਂ ਨਾਲ ਮੈਂ ਕਦੋਂ ਤੁਰਦੀ ਆ। ਦੇਖ ਆਪਦੇ ਦੋ ਤਿੰਨ ਨੂੰ ਦੇਣਾ ਇਹਨਾਂ ਨੇ ਸਮਾਨ, ਵੀ ਲੋਕਾਂ ਤੋਂ ਕਿ ਤੁਸੀਂ ਸ਼ਾਬਾਸ਼ ਲੈਣੀ ਹੈ, ਸਮਾਨ ਜਿਹਾ ਜਿਹਾ ਤੁਸੀਂ ਦੇਣਾ ਭਾਈ ਆਪਦੇ ਲੈ ਜਾਓ। ਅੱਜ ਕੱਲ ਦਾ ਆਹੀ ਰਹਿ ਗਿਆ ਜਿਹੜੀ ਹੋਸ਼ਬਾਈ ਰਹਿ ਗਈ ਲੋਕਾਂ ਪੱਲੇ। ਹੋਸ਼ਬਾਈ ਤਾਂ ਹੀ ਤਾਂ ਲੋਕ ਦੁਨੀਆ ਮਰਦੀ ਹੈ। ਹੈਂ, ਇਹਨਾਂ ਦੇ ਮਗਰ ਲੱਗ ਕੇ ਗਰੀਬ ਵੀ ਡੁੱਬ ਜਾਂਦਾ, ਗਰੀਬ ਕਹਿੰਦੇ ਅਸੀਂ ਇਹਨਾਂ ਦੀ ਰੀਸ ਕਰੀਏ। ਹੈਂ, ਸਹੀ ਗੱਲ ਆ ਭਾਈ, ਹੁਣ ਜਿਹਦੇ ਕੋਲ ਜ਼ਮੀਨ ਜ਼ਿਆਦਾ ਤਾਂ ਸਾਰਾ ਕੁਝ ਕਰ ਲੁੱਟੀਏ। ਚੱਲ ਮਾਂ ਛੱਡ, ਉਹ ਤਾਂ ਉਹਨਾਂ ਦੀਆਂ ਗੱਲਾਂ ਨੇ, ਮੈਂ ਤੈਨੂੰ ਆਪਦੀ ਗੱਲ ਦੱਸਣੀ ਸੀ ਕੋਈ। ਦੱਸ ਕੀ ਕਹਿੰਦੀ ਆ ਤੂੰ? ਆਏ ਨਾ ਕਹੀਂ ਕੀ ਕਹੀ ਜਾਂਦੀ ਆ ਕੰਮ। ਨਾ ਨਾ ਮੈਂ ਨੀ ਪੁੱਤ ਕਹਿੰਦੀ, ਲੈ ਹਾਏ ਦੇਖ ਜੋ ਮਰਜ਼ੀ ਗੱਲ ਕਰ ਮੇਰੇ ਨਾਲ। ਮੈਂ ਨਾ ਅੰਦਰ ਸਨੀ ਕੋਲ ਬੈਠੀ ਸੀਗੀ। ਅੱਛਾ, ਬਾਪੂ ਬਾਜਾ ਮਾਰਦਾ ਹੋਣਾ ਗਾ ਮੈਨੂੰ, ਠੀਕ ਹੈ। ਤੇ ਮੈਂ ਉਹਨੂੰ ਕਿਹਾ ਸਨੀ ਨੂੰ ਵੀ ਤੈਨੂੰ ਪਤਾ ਉਹ ਸਰਕਾਰੀ ਨੌਕਰੀ ਤੇ ਅੜਿਆ ਹੋਇਆ ਗਾ, ਮੈਂ ਤਾਂ ਇੰਨਾ ਪੜ੍ਹ ਲਿਆ, ਮੈਨੂੰ ਤਾਂ ਜਿੱਦੇ ਸਰਕਾਰੀ ਨੌਕਰੀ ਮਿਲੂ ਮੈਂ ਤਾਂ ਉਹਦੀ ਨੌਕਰੀ ਕਰੂੰ। ਮੈਂ ਉਹਨੂੰ ਕਿਹਾ ਵੀ ਤੂੰ ਦੇਖੀ ਜਾਊ ਜਦੋਂ ਮਿਲੂ ਹਨਾ, ਜਿੰਨੇ ਤੈਨੂੰ 12-15 ਹਜ਼ਾਰ ਤੇ ਜਿੰਨੀ ਤੈਨੂੰ ਜੋਬ ਮਿਲਦੀ ਤੂੰ ਪ੍ਰਾਈਵੇਟ ਕਰ ਲਾ, ਕੰਮ ਤਾਂ ਲੱਗ ਜਾ, ਨਾਲੇ ਵਿਹਲਾ ਬੈਠਾ ਤਾਂ ਧੀ ਇਹ ਬੰਦਾ ਕਰੇ ਉਹ ਬੁਰਾ ਲੱਗਦਾ ਗਾ। ਮੈਂ ਕਿਹਾ ਵੀ ਅਗਲਾ ਕਹਿੰਦਾ ਗਾ ਵੀ ਹੁਣ ਤਾਂ ਵਿਆਹ ਹੈ ਵੀ ਗਿਆ, ਪਤਾ ਨੀ ਖਰਚੇ ਕਿਵੇਂ ਚੱਲਦੇ, ਚਾਰ ਅਗਲਾ ਉਹਨੂੰ ਕਹੂ ਚਾਰ ਮੈਨੂੰ ਕਹੂ ਹਨਾ। ਕਹੂਗਾ ਭਾਈ ਹੋਰ ਹੁਣ। ਤੇ ਬਾਪੂ ਦੇਖੀ ਮੈਂ ਰੋਟੀ ਫੜਾਉਣੀ ਸੀ ਬਾਪੂ ਨੂੰ, ਬਾਪੂ ਬਾਜਾ ਮਰ ਜਾਵੇ, ਬਾਪੂ ਨੂੰ ਬਾਬਾ ਗੁੱਸੇ ਜੇ ਨਾ ਬੋਲੇ ਮੈਨੂੰ, ਤੈਨੂੰ ਪਤਾ ਨੀ ਹੈਗਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠੀ ਰਹਿੰਦੀ ਹਾਂ। ਜੋ ਕਹਿੰਦਾ
ਮੈਂ ਕਦੋਂ ਦਾ ਰੋਟੀ ਫੜਾਈ ਜਾਂਦਾ ਤੇਰੇ ਪਿਓ ਨਾਲ ਮੈਂ ਪਹਿਲਾਂ ਗੱਲ ਕੀਤੀ ਸੀਗੀ ਵੀ ਮੇਰਾ ਪੁੱਤ ਤਾਂ ਕੋਈ ਕੰਮ ਨੀ ਕਰਦਾ, ਕਹਿੰਦਾ ਖਰਚਾ ਮੇਰੇ ਤੋਂ ਲੈਣਾ ਨਾ, ਮੈਨੂੰ ਪੁੱਛਿਆ ਕਰ ਕਹਿੰਦਾ ਪਹਿਲਾਂ। ਅੱਛਾ ਲੈ ਦੇਖ ਲਾ, ਉਹਨੂੰ ਆਏ ਨੀ ਪਤਾ ਵੀ ਨੂੰਹ ਤੇ ਨੂੰ ਕਿਵੇਂ ਬੋਲਣਾ ਕਿਵੇਂ ਨਾ ਬੋਲਣਾ, ਸਾਰੀ ਉਮਰ ਲੰਘ ਗਈ ਅਜੇ ਤਾਂ ਆਹੀ ਕੁਛ ਕਰਦੇ ਸੀ ਇਹ। ਮੈਂ ਤਾਂ ਹਾਲੇ ਵਿਆਹ ਨੂੰ ਮਹੀਨਾ ਦੋ ਮਹੀਨੇ ਹੋਏ ਸੀ, ਮੇਰੇ ਨਾਲ ਵੀ ਕਾਟੁਕ ਕਲੇਸ਼ ਉਹਦੀ ਸ਼ੁਰੂ ਕਰ ਲਿਆ ਸੀ ਇਹਨੇ ਕੰਜਰ ਨੇ, ਇਹ ਨੀ ਸਾਰੀ ਉਮਰ ਦੇ ਵਿੱਚ ਬੰਦਾ ਬਣਦਾ। ਚੱਲ ਮੈਂ ਤਾਂ ਇਹ ਸੋਚ ਰਹੀ ਨੀ ਪੁੱਤ ਵੀ ਬਸ ਬਾਹਲੀ ਲੰਘ ਗਈ ਭਾਈ ਥੋੜੀ ਰਹਿ ਗਈ, ਕੀ ਤਸੱਲੀ ਆ ਬੰਦੇ ਦੀ ਵੀ ਹੁਣ ਤਾਂ ਬੰਦਾ ਬਣ ਜੀ ਉਹ। ਮੰਮੀ ਫਿਰ ਥੋੜਾ ਜਿਹਾ ਤਾਂ ਜਦੋਂ ਮੈਂ ਤਾਂ ਬਾਪੂ ਜੀ ਕਰੀ ਜਾਂਦੀ ਰਹਿੰਦੀ ਹਾਂ, ਥੋੜਾ ਜਿਹਾ ਤਾਂ ਦੇਖਣਾ ਚਾਹੀਦਾ ਨਾ। ਹੁਣ ਜੇ ਮੰਨ ਲਾ ਮੈਂ ਨਾ ਸੰਨੀ ਨੂੰ ਕਹੂੰਗੀ ਹੋਰ ਕੌਣ ਕਹੂਗਾ? ਕਹਿਣੀ ਆ ਭਾਈ ਕੰਮ ਨੂੰ ਤਾਂ ਜੇ ਤੂੰ ਕਹੇਂਗੀ, ਪਤਾ ਲੋਕ ਫਿਰ ਕਹਿਣਗੇ ਪਤਾ ਨੀ ਬਹੂ ਨੇ ਅੰਦਰ ਬਿਠਾ ਰੱਖਿਆ ਮੁੰਡਾ, ਕੰਮ ਤੇ ਨੀ ਜਾਣ ਦਿੰਦੀ, ਬਦਨਾਮ ਤਾਂ ਨੂੰਹ ਨੂੰ ਕਰਦਾ ਨਾ। ਕਿੱਥੇ ਤਾਂ ਜਿੱਥੇ ਮੈਂ ਨਾਲ ਕਹਿੰਦੀ ਆ ਵੀ ਇਹ ਤੁਸੀਂ ਵੀ ਲੱਗਣਾ ਹਨਾ ਵੀ ਹਾਂ ਸਹੀ ਗੱਲ ਆ, ਤੇ ਬਾਪੂ ਜੀ ਨੂੰ ਉਹ ਕਰੀ ਜਾਂਦੇ ਨੇ ਗੇ ਇਸੇ ਦਾ ਸਿਰ ਚੜਾਇਆ ਹੋਇਆ। ਤੈਨੂੰ ਕੀ ਪਤਾ, ਮੈਂ ਤਾਂ ਜੇ ਕੰਮ ਨੂੰ ਕਹਿੰਦੀ ਸੀ ਨਾ ਮੇਰੀ ਗੱਲ ਦਾ ਗੁੱਸਾ ਕਰਦੇ ਸੀ, ਮੈਨੂੰ ਕਹਿੰਦਾ ਮੁੰਡੇ ਨੂੰ ਇਹਨਾਂ ਕੰਮ ਨੂੰ ਨਾ ਕਿਹਾ ਕਰ, ਕੰਮ ਨੂੰ ਨਾ ਕਿਹਾ ਕਰ, ਆਹ ਦੇਖ ਲੈ ਪੜ੍ਹਾਈ ਵੀ ਮੇਰੇ ਸਿਰ ਤੇ ਕਰ ਗਿਆ, ਕਦੇ ਕਦੇ ਇਹ ਛੁੱਟੀਆਂ ਮਾਰਦਾ ਹੁੰਦਾ, ਅੱਜ ਨੀ ਮੈਂ ਜਾਂਦਾ ਫਲਾਣਾ ਕੰਮ ਹੈ ਮੇਰੇ ਸਿਰ ਦੁਖਦਾ, ਅੱਜ ਮੇਰਾ ਢਿੱਡ ਦਰਦ ਹੁੰਦਾ ਗਾ, ਬਸ ਆਨੇ ਬਹਾਨੇ ਕੋਈ ਨਾ ਕੱਢ ਲੈ। ਕਈ ਵਾਰੀ ਬੰਦਾ ਗੋਹਾ ਕੂੜਾ ਸਿੱਟੀ ਜਾਂਦਾ ਹੁੰਦਾ, ਕਈ ਵਾਰੀ ਰੋਟੀ ਬਣਾਈ ਜਾਂਦਾ ਹੁੰਦਾ, ਕਹਿੰਦਾ ਭਾਈ ਮੇਰੀ ਇੱਕ ਵਾਸਤੇ ਮੇਰੇ ਕੋਲ ਹਾਜ਼ਰ ਹੋਣੀ ਚਾਹੀਦੀ ਆ। ਲੈ ਦੇਖ ਲੈ ਕਿਉਂ ਤੂੰ ਵਾਸਤੇ ਉਹ ਲੱਗਿਆ ਨਾ, ਕੋਈ ਤੇਰੀ ਸਰਕਾਰੀ ਤਨਖਾਹ ਫੜਦਿਆਂ ਸੀ ਵੀ ਤੇਰੀ ਇੱਕ ਵਾਸਤੇ ਅਸੀਂ ਆਈਏ, ਹੈ ਆਥਣੇ ਦਾਰੂਆਂ ਡੱਕ ਲਾਂਦਾ ਗਾ, ਦਿਨੇ ਆਪਣੇ ਨਾਲ ਬੋਲਦਾ ਰਹਿੰਦਾ, ਕਦੇ ਤੇਰੇ ਨਾਲ ਲੜਾਈ ਕਦੇ ਭਾਈ ਮੇਰੇ ਨਾਲ ਲੜਾਈ, ਕੀ ਕੀਤਾ ਜਾਵੇ ਇਸ ਬੰਦੇ ਦਾ? ਤੂੰ ਕਹਿ ਕੇ ਦੇਖ ਲਈ। ਕੋਈ ਨਾ ਕੋਈ ਨਾ, ਮੈਂ ਤਾਂ ਬਥੇਰਾ ਕਹਿੰਦੀ ਆ ਮੇਰੀ ਕਿਹੜਾ ਸੁਣਦਾ ਉਹ, ਜਦ ਮੇਰੇ ਨਾਲ ਇਹੋ ਜਿਹਾ ਕੁਛ ਕਰਦਾ ਗਾ ਟੈਂਕਟ ਬਣੀ ਰਹਿ ਸਾਰਾ ਦਿਨ, ਹੁਣ ਤੈਨੂੰ ਧੀਏ ਕਿਹੜਾ ਘੱਟ ਗਜ਼ਾਰੂਗਾ ਉਹ, ਮੈਨੂੰ ਸਾਰੇ ਉਹਦੀ ਕਰਤੂਤ ਦਾ ਪਤਾ, ਤੈਨੂੰ ਨੀ ਮੈਂ ਮਾੜਾ ਕਹਿੰਦੀ, ਠੀਕ ਹੈ? ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰ ਉਸ ਗੱਲ ਦਾ, ਜਿਹਾ ਜਿਹਾ ਹੈਗਾ ਉਹ ਤਾਂ ਹੈਗਾ, ਮੇਰਾ ਸਮਝਾਇਆ ਨੀ ਤੇਰਾ ਬਾਪੂ ਸਮਝਦਾ। ਮੈਂ ਤਾਂ ਆਈ ਸੀ ਮੈਂ ਕਿਹਾ ਚਲੋ ਖਬਰ ਮੰਮੀ ਦੀ ਸੁਣ ਲੈਣ। ਉਹ ਕੋਈ ਨਾ ਕੋਈ ਨਾ, ਤਾਂ ਮੈਂ ਕਹਿ ਦੂੰਗੀ ਭਾਈ ਵੀ ਹੁਣ ਅੱਗੇ ਤੇਰੀ ਚੱਲ ਗਈ, ਮੈਂ ਭਾਈ ਚੱਲ ਗਈ ਤੇਰੀਆਂ ਜਿਹੜੀ ਚੱਲ ਗਈ, ਨੂੰਹ ਤੀ ਨੀ ਅੱਜ ਕੱਲ੍ਹ ਦੀ ਚੱਲਦੀ ਹੁੰਦੀ, ਨਾ ਮੈਨੂੰ ਕਰਨ ਦੇ ਗੱਲ, ਮੈਂ ਕਰੂੰ ਗੱਲ, ਤੂੰ ਮੁੜ ਕੇ ਤੇਰੀ ਹਵਾ ਬੰਨੀ ਵੀ ਨੀ ਝੱਕਦਾ, ਠੀਕ ਹੈ? ਬੋਲਣ ਦਾ ਦੂਰ ਰਹਿ ਗਿਆ, ਮੈਂ ਤਾਂ ਥਾਂ ਡਰਿਆ ਕਰੂੰ ਮੇਰੀ ਨੂੰਹ ਤੁਰੀ ਆਉਂਦੀ ਆ, ਠੀਕ ਹੈ? ਠੀਕ ਹੈ ਨਾ, ਚੱਲ ਕੋਈ ਨਾ ਪੁੱਤ ਤੂੰ ਜਿਹੜਾ ਮਾੜਾ ਮੋਟਾ ਘਰ ਦਾ ਕੰਮ ਰਹਿੰਦਾ ਉਹ ਕਰ ਲੈ। ਮੈਂ ਤਾਂ ਖਲਦੀ ਭਿਉਂਦੀ ਆ ਪਸ਼ੂਆਂ ਬਾਅਦ ਭਿਉਂਦੇ ਭਿਉਂਦੇ ਨਾ, ਸੰਨੀ ਦੇ ਟਾਈਮ ਔਖਾ ਹੋ ਜਾਂਦਾ, ਲੈ ਲੇਟੀ ਧਰ ਦੇ ਸੱਜਰ ਸੂਈ ਮੱਧ ਨੂੰ ਮੱਧ ਨੂੰ। ਓਹੋ ਲੇਟੀ ਤੇ ਕਦੋਂ ਦੀ ਤੇਰੀ ਬੇਤ ਬਾਗੀ ਸੀ ਕਿ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਦੋ ਕੌਲੇ ਭਰ ਕੇ ਪਾਤੇ ਸੀ, ਕਿੰਨੀ ਧਰਨੀ ਹੈਗੀ। ਚੱਲ ਕੋਈ ਨਾ ਕੋਈ ਨਾ, ਉਹ ਤਾਂ ਹੁਣ ਜਿਹੜਾ ਆਪਾਂ ਖਵਾਵਾਂਗੇ ਭਾਈ, ਉਹ ਜਿਹਾ ਦੁੱਧ ਦੇ ਦੂ ਵਿਚਾਰੀ ਸੱਜਰ ਸੂਈ ਰਹਿ ਸੀ। ਮੇਰੀ ਗੱਲ ਸੁਣ, ਇਹਨਾਂ ਦੇ ਰਾਣੀ ਕੀ ਆਏ ਸੀਗੇ? ਕਿਆ ਤੈਨੂੰ ਉਹਨਾਂ ਨੇ ਦੁੱਧ ਨੂੰ ਕਿਹਾ ਸੀਗਾ? ਕਹਿੰਦੇ ਸੀਗੇ ਆਹੋ, ਕਹਿੰਦੇ ਜੇ ਤੇਰੀ ਮੰਮੀ ਕਹਿੰਦੀ ਸੀ ਵੀ ਜਦੋਂ ਮੱਝ ਸੂ ਪਿਓ ਤਾਂ ਦੁੱਧ ਲਾਵਾਂਗੇ, ਮੈਂ ਕਿਹਾ ਵੀ ਉਹ ਤਾਂ ਮੰਮੀ ਨੂੰ ਪਤਾ ਹੈਗਾਗਾ, ਮੈਨੂੰ ਤਾਂ ਪਤਾ ਨਹੀਂ ਕੁਛ, ਤੇ ਚੱਲ ਕੋਈ ਨਾ ਮੈਂ ਖਲ ਪਿਓਨੀ, ਬਾਕੀ ਤੂੰ ਆਪੇ ਕਰ ਲਈ। ਐਡੀ ਛੇਤੀ ਕਿੱਥੋਂ ਨਾ ਨੇਕੜੂ ਦੇ ਦਈਏ? ਮੈਂ ਕਿਹਾ ਸੀ ਆਪਾਂ ਮਠਿਆਈਆਂ ਵੀ ਨਹੀਂ ਰੱਖੀਆਂ, ਆਪਾਂ ਦੁੱਧ ਨਹੀਂ ਪੁੱਤ ਕਿਸੇ ਨੂੰ ਦੇਣਾ, ਮੈਂ ਤੈਨੂੰ ਇਹ ਵੀ ਤਾਂ ਯਾਦ ਕਰਾਉਣੀ ਆ ਗੱਲ, ਜੇ ਕੋਈ ਚਾਹ ਪਾਣੀ ਨਾ ਨਾ ਦੁੱਧ ਨਾ ਦੇਈ ਹਜੇ, ਜੇ ਮੈਂ ਸਾਰੇ ਆ ਗਿਆ ਚਾਹ ਪੀਣੀ ਹੋ ਕਿਸੇ ਨੇ, ਉਹ ਦੂਜੀ ਗਾਲਾ ਪਾ ਦਿਆ ਕਰ, ਠੀਕ ਹੈ? ਚੰਗਾ ਉਹ ਗਾਲਾ ਵਰਤ ਲਿਆ ਕਰ, ਤੇ ਮੱਝ ਦਾ ਦੁੱਧ ਦੇਣਾ ਨਹੀਂ ਪੁੱਤ, ਆਪਣੀ ਮੈਂਸ ਖਰਾਬ ਹੋ ਜੂਗੀ, ਠੀਕ ਹੈ? ਮਸਾ ਮਸਾ ਤਾਂ ਇੰਨੇ ਪੈਸੇ ਲਾਏ ਨੇ, ਲੱਖ ਰੁਪਏ ਦੀ ਮੈਂਸ ਹੈ, ਠੀਕ ਹੈ ਮੰਮੀ? ਨਾਲੇ ਪਹਿਲਾਂ ਝੋਟੀ ਹੈ, ਇਹ ਤਾਂ ਬਹਾਨਾ ਹੀ ਹੋ ਜੂਗਾ, ਠੀਕ ਹੈ ਮੰਮੀ? ਹਾਂ ਕੀ ਪਤਾ ਭਾਈ ਹੁਣ ਪਿਆਉਂਦੇ ਉਪਰੇ ਕਿੱਲੇ ਤੋਂ ਆਈ ਆ ਪੁੱਤ, ਕੀ ਪਤਾ ਕਹੇ ਜੀ ਭਾਈ ਕੌੜ ਕੂੜ ਵੀ ਹੋ ਸਕਦੀ ਆ, ਮੈਂ ਤਾਂ ਥੱਕ ਗਈ, ਮੈਂ ਤਾਂ ਟੋਈ ਸਿੱਧੀ ਕਰਦੀ, ਚੰਗਾ ਤੂੰ ਖਲ ਖੋਲ ਪਿਆਉਂ ਲਾ। ਕੀ ਕਰੀਏ ਸੱਚੀ, ਗਰਮੀ ਦੇ ਵਿੱਚ ਤਾਂ ਭਾਂਡੇ ਵੀ ਵਾਹਲੇ ਹੁੰਦੇ ਨੇ, ਪਾਣੀ ਪੀ ਲਿਆ ਗਲਾਸ ਧਰਤਾ, ਪਾਣੀ ਪੀ ਲਿਆ ਗਲਾਸ ਧਰਤਾ, ਬਹੂ ਵਿਚਾਰੀ ਕੀ ਕਰੇ, ਸਾਰਿਆਂ ਨੇ ਤਾਂ ਨਾ ਭਾਂਡੇ ਨਹੀਂ ਲੋਟ ਆਉਂਦੇ। ਚੱਲ ਮਖਾ ਦੋ ਕੰਮ ਮਾੜਾ ਮੋਟਾ ਮੈਂ ਕਰਾ ਦਾਂ, ਕੀ ਚਾਰ ਭਾਂਡਿਆਂ ਦਾ, ਮਾਂ ਜੀ ਦਿੰਦੀ ਆ ਗਈ। ਮਨਜੀਤ ਕੁਰੇ ਆ ਗਈ? ਆ ਗਈ ਨੀ, ਇੱਥੇ ਬੁੜਬੁੜ ਕਰੀ ਜਾਂਦੀ ਹੈ ਤੇ ਮੈਂ ਪਾਣੀ ਨੂੰ ਬਾਜਾ ਮਾਰੀ ਜਾਂਦਾ ਵੀ ਪਾਣੀ ਫੜਾ ਦਿਓ, ਪਾਣੀ ਫੜਾ ਦਿਓ, ਨਾ ਤੂੰ ਗੱਲ ਸੁਣਦੀ ਹੈ ਨਾ ਕੰਮੋਂ ਸੁਣਦੀ ਹੈ, ਹੈ ਕਿੱਥੇ ਉਹ?
ਮੇਰੀ ਗੱਲ ਸੁਣ ਲੈ, ਬਹੁਤ ਚਿਰ ਮੈਂ ਆਪ ਵੀ ਚੱਕ ਕੇ ਖਾਧਾ ਪੀਤਾ ਪਰ ਹੁਣ ਨੀ, ਹੁਣ ਤਾਂ ਸੋਨੂੰ ਫਲਾਉਣਾ ਪਿਆ ਕਰੂ। ਤੈਨੂੰ ਕੋਈ ਕੰਮ ਨੀ, ਮੌਜਣਾ ਪਾ ਕੇ ਚਿੱਟੇ ਕੱਪੜੇ ਸੱਥਾਂ ਚ ਜਾ ਬਈ ਨਾ, ਆ ਕੇ ਤੂੰ ਸਾਡੇ ਤੇ ਹੁਕਮ ਚਲਾਉਣਾ। ਇਹ ਵੀ ਕਿਸੇ ਦੇ ਕਰਮਾਂ ਚ ਹੀ ਹੁੰਦੀ ਆ, ਨਾਲੇ ਫਿਰ ਜਦੋਂ ਤੈਨੂੰ ਸਾਰੀ ਗੱਲ ਦਾ ਪਤਾ ਹੈ ਵੀ ਮੈਂ ਤਾਂ ਸਰਦਾਰ ਬਣ ਕੇ ਰਹਿਣਾ ਤੇ ਸਰਦਾਰੀ ਇਸੇ ਤਰ੍ਹਾਂ ਹੀ ਰਹੂਗੀ। ਚੰਗਾ ਚੰਗਾ, ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਸਮਝਾਉਣੀ ਆ। ਮੈਨੂੰ? ਹਾਂ, ਮੇਰੀ ਗੱਲ ਸੁਣ ਤਾਂ ਲੈ, ਗੱਲ ਮੇਰੀ ਅੜ ਵਿੱਚ ਆਣਾ, ਗੱਲ ਕੱਟਿਆ ਕਰ, ਬਹੁ ਨੂੰ ਵੱਧ ਘੱਟ ਕਹਿਣ ਦੀ ਕੋਈ ਲੋੜ ਨਹੀਂ, ਠੀਕ ਹੈ? ਤੈਨੂੰ ਮੈਂ ਸਮਝਾਤਾ, ਪਹਿਲੀ ਧੀ ਨਹੀਂ ਤੇਰੀਆਂ ਚੱਲਦੀ, ਮਾਈ ਧੀ ਜਿਹੜੀਆਂ ਤੇਰੀਆਂ ਚੱਲ ਗਈ, ਜਾ ਵਗ ਜਾ ਕਰ ਲੈ ਕੰਮ ਆਪਦਾ। ਗੱਲ ਸੁਣ ਮੇਰੀ, ਬਹੁ ਨੂੰ ਮੈਂ ਕੀ ਕਿਹਾ ਤੇ ਨਾ ਹੀ ਮੈਂ ਕਿਹਾ ਕੁਛ ਤੇ ਨਾ ਤੂੰ ਇਹ ਗੱਲਾਂ ਕੀ ਕਰਦੀ ਹੈ, ਤੂੰ ਹੋਰ ਹੀ ਪੁੱਠੇ ਸਿੱਧੇ ਵਾਧੇ ਜੇ ਬੈਠੀ ਲੈ। ਉਧਰ ਗੋਹਾ ਸਿੱਧੀ ਜਦੋਂ ਕਹਿੰਦੇ ਮੈਂ ਚਕਾਵਾ ਤੈਨੂੰ ਬੱਠਲ ਪਾਈ, ਕੀ ਗੱਲ ਮੈਂ ਮਰ ਗਈ ਘਰ ਦੇ ਵਿੱਚ ਹੈਗੀ ਆ ਮੈਂ ਇਹ ਜੇ ਕੰਮ ਕਰਨ ਵਾਲੀ ਨਾਲੇ ਹੋਰ। ਆਹੋ ਮੈਡਮ, ਬੰਦਾ ਬਣ ਜਾ ਬੰਦਾ, ਹਜੇ ਤਾਂ ਹੁਣ ਐ ਵੀ ਚੱਲ ਕਾਹਦੇ ਪਿੱਛੇ ਬੋਲਣਾ, ਮੇਰਾ ਸਹੁਰਾ ਗਾ ਇੱਜ਼ਤ ਕਰਦੀ ਆ, ਬਰਾਬਰ ਦੇ ਧੀ ਪੁੱਤ ਪਿੱਛੇ ਐ ਨਹੀਂ ਕਰੀਦਾ ਹੁੰਦਾ, ਤੇ ਮੁੰਡਾ ਵੀ ਕਿਹੜੀ ਗੱਲੋਂ ਚੁੱਪ ਆ, ਜਿੱਦੇ ਛਿੜ ਗਏ ਨਾ ਆ ਮਾੜਾ ਮੋਟਾ ਆਪਣੀ ਦਾੜੀ ਦੀ ਲੱਜਾ ਰੱਖ ਲੈ। ਮੈਂ ਕਹਿੰਦਾ ਤੂੰ ਹੋਰ ਨਾ ਵੱਧ ਜੇ ਘੱਟ ਜੇ ਕਰ, ਕਿਤੇ ਤੇਰੀ ਗੁੱਤਨੀ ਹੋਣੀ ਬਾਲ ਬਾਲ ਹੋ ਜੇ, ਮੇਰੇ ਮੂਹਰੇ ਤਾਂ ਕਦੇ ਕਿਸੇ ਨੇ ਸਾਹ ਨਹੀਂ ਕੱਢਿਆ, ਤੂੰ ਚਬਰ ਚਬਰ ਬੋਲੀ ਜਾਂਦੀ ਹੈ, ਅੱਜ ਤਾਂ ਤੂੰ ਬੋਲੀ ਜਾਂਦੀ ਹੈ ਕਿਤੇ ਮੇਰੇ ਮੂੰਹ ਦੇ ਹੋਰ ਉਹਨੇ ਕੰਨ ਨਾ ਪਾਈ ਕਿਸੇ ਗੱਲ ਦੇ। ਆਹੋ, ਤੈਨੂੰ ਡਰ ਹੋਇਆ ਪੈਣਾ, ਜੇ ਤੇਰੇ ਦਿਲ ਦੇ ਵਿੱਚ ਕੋਈ ਗੜਬੜ ਹੈ ਤਾਂ ਹੀ ਕਹਿਣਾ। ਮੇਰੇ ਦਿਲ 'ਚ ਕੋਈ ਗੜਬੜ ਨਹੀਂ, ਨਾਲੇ ਤੂੰ ਵੱਧ ਘੱਟ ਨਾ ਬੋਲੀ ਕਿਤੇ ਹੋਰ ਜੁੱਤੀਆਂ ਖਾ ਲੇ, ਨਾਲੇ ਪਹਿਲਾਂ ਭਰਜਾਈ ਨੂੰ ਨਹੀਂ ਬੋਲਿਆ ਸੀਗਾ। ਤੇਰਾ ਕਹਿਣ ਦਾ ਭਾਵ ਕੀ ਹੈ ਮੈਂ ਸਮਝਿਆ ਨਹੀਂ। ਚੱਲ ਵਗ ਜਾ ਵਗ ਜਾ ਵਗ ਜਾ ਵਗ ਜਾ ਵੀ ਜਾਂਦਾ। ਆਹੋ, ਮੈਥੋਂ ਤੇਰੇ ਨਾਲ ਮਗਜ਼ ਖਪਾਈ ਹੁੰਦੀ, ਫਿਰ ਹੁਣ ਤੂੰ ਮਗਜ਼ ਖਪਾਈ ਕਰੀ ਵੀ ਨਾ ਤੇ ਐਵੇਂ ਨਾ ਵਾਧੇ ਘੱਟੇ ਕਰੀ ਕਿਸੇ ਗੱਲ ਦੇ, ਮੈਂ ਤੈਨੂੰ ਦੱਸਾਂ। ਮੈਂ ਕਹਿੰਦਾ ਤੂੰ ਵਗ ਜਾ। ਆਹੋ, ਹੋਰ ਮੈਂ ਤਾਂ ਕੀ ਨੂੰ ਕਹੂਗੀ ਵੀ ਲੜਾਈ ਵਿੱਢਲੀ ਹੈ, ਪਹਿਲਾਂ ਭਰਜਾਈ ਤੋਂ ਛੇਤਰ ਖਾਂਦਾ ਰਿਹਾ ਇੰਨੇ ਇੰਨੇ, ਹੋ ਮਨਾ ਤਾਂ ਮੈਂ ਤੈਨੂੰ ਬਚਾਵਾਂ ਨਾ, ਜੇ ਉਹ ਆਪਦੀ ਤੇ ਆਉਂਦੇ ਤੈਨੂੰ ਥਾਣੇ ਦਰਬਾਰੀ ਖਿੱਚਾ ਜਾਂਦੀ, ਕਿੱਥੇ ਤੁਰਿਆ ਫਿਰਦਾ ਤੂੰ, ਮੇਰੇ ਨਾਲ ਹੀ ਬਚ ਗਿਆ ਤੂੰ, ਜ਼ਿਆਦੇ ਬੋਲਦਾ ਨਾਲੇ ਹੋਰ ਵਿਚਾਰੀ ਨੂੰ ਉਹਨੂੰ ਐਵੇਂ ਤੰਗ ਕਰੀ ਜਾਊਗਾ ਜਵਾਕੜੀ ਨੂੰ। ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ, ਕਹਿੰਦੇ ਆ ਕਿੱਧਰ ਜਾਣਾ? ਲੈ ਕਿੱਧਰ ਜਾਣਾ ਕਹਿ ਪਹਿਲਾਂ, ਉਹ ਮੈਂ ਖੇਤ ਜਾਣਾ, ਤੂੰ ਤਾਂ ਡੱਕਾ ਤੋੜਦਾ ਨੀ, ਮਾੜਾ ਮੋਟਾ ਖੇਤ ਤਾਂ ਗਿੜਾ ਮਾਰ ਆਈਏ, ਵਿਹਲਾ ਹਰਾਮ ਜਿਹਾ ਖਾਣ ਗਿੱਜ ਗਿਆ ਪੁੱਤ ਤੂੰ ਵੀ। ਬਾਪੂ ਇੰਨਾ ਕਿਉਂ ਪੜਾਇਆ ਸੀ ਮੈਨੂੰ, ਹੁਣ ਨੌਕਰੀ ਕਰ ਲੈਣ ਦੇ, ਮਿਲ ਜਾਣ ਦੇ ਕੋਈ ਨੌਕਰੀ। ਉਹ ਨੌਕਰੀ ਖਬਰ ਕਦੋਂ ਮਿਲੂਗੀ, ਆ ਖੇਤੀ ਦਾ ਕੰਮ ਵੀ ਤਾਂ ਨਾਲ ਕਰਾ ਸਕਦਾ, ਤੇ ਘਰੇ ਉਹ ਨੀ ਟਿਕਣ ਦਿੰਦੀਆਂ ਮੈਨੂੰ। ਉਹਨਾਂ ਨੇ ਕੀ ਕਹਿਤਾ ਤੈਨੂੰ? ਉਹੀ ਤਾਂ ਤੰਗ ਕਰੀ ਜਾਂਦੇ ਆ, ਬਿਲ ਝੱਟ ਬੈਠਾ ਸੀ ਆ, ਤੇਰੀ ਮਾਂ ਹੋਰ ਹੀ ਭਕਾਈ ਮਰੀ ਜਾਂਦੀ ਹੈ, ਨਾਲੇ ਉਹਦੇ ਨਾਲ ਵੀ ਗੱਲ ਕਰੀ ਵੀ ਮੇਰੇ ਪਿਓ ਨੂੰ ਐਵੇਂ ਪੁੱਠਾ ਸਿੱਧਾ ਨਾ ਬੋਲਿਆ ਕਰ। ਯਾਰ ਬਾਪੂ ਸੋਡੀ ਲੜਾਈ ਚ ਹੁਣ ਕੀ ਆਵਾਂ ਮੈਂ, ਕੀ ਮੰਮੀ ਨੂੰ ਕਹਾਂ ਕੀ ਤੈਨੂੰ ਕਹਾਂ। ਉਹ ਬਸ ਮੈਨੂੰ ਵੀ ਤੇਰੇ ਤੋਂ ਇਹੀ ਉਮੀਦ ਸੀ, ਤੇ ਇੱਥੋਂ ਤਾਂ ਆਪਣਾ ਆਪ ਨਹੀਂ ਸਮਝਦਾ, ਤੂੰ ਮੇਰੀਆਂ ਗੱਲਾਂ ਕਿੱਥੇ ਆਪਦੀ ਮਾਂ ਨਾਲ ਕਰ ਲੇਗਾ। ਹਾਂ ਤੂੰ ਆਪ ਹੀ ਤਾਂ ਕਿਹਾ ਸੀ ਪੁੱਤ ਕੋਈ ਸਰਕਾਰੀ ਨੌਕਰੀ ਲੱਭੀ, ਆ ਪ੍ਰਾਈਵੇਟ ਮੈਂ ਜਦੋਂ ਲੱਗਦਾ ਸੀ 10,000 ਤੇ ਉਦੋਂ ਕਾਹਤੋਂ ਨਹੀਂ ਲੱਗਣ ਦਿੱਤਾ। ਪ੍ਰਾਈਵੇਟ ਤਾਂ ਮਹੀਨਾ ਲਵਾ ਕੇ ਹਰ ਜੂਗਲਾ, 2 ਮਹੀਨੇ ਕੰਮ ਕਰਾ ਲੂ, ਪ੍ਰਾਈਵੇਟ ਤਾਂ ਪ੍ਰਾਈਵੇਟ ਹੀ ਹੁੰਦੀ ਹੈ, ਗੱਲ ਤਾਂ ਸਰਕਾਰੀ ਦੀ ਸੀ, ਜੇ ਸਰਕਾਰੀ ਮਿਲ ਜਾਂਦੀ ਫੇਰ ਕਿਤੇ ਕੋਈ ਹਿਸਾਬ ਚ ਆਉਂਦੀ ਗੱਲ, ਚੱਲ ਨੌਕਰੀ ਨਹੀਂ ਮਿਲਦੀ ਖੇਤੀ ਦਾ ਕੰਮ ਤਾਂ ਕਰਾ ਹੀ ਸਕਦਾ। ਯਾਰ ਬਾਪੂ ਖੇਤੀ ਖੂਤੀ ਨਹੀਂ ਮੇਰੇ ਤੋਂ ਹੁੰਦੀ। ਹਾਂ ਇਹ ਤਾਂ ਤੈਥੋਂ ਹੁੰਦੀ ਨਹੀਂ, ਚੰਗਾ ਵਗ ਜਾ ਅੰਦਰ, ਮੈਨੂੰ ਤਾਂ ਵਗ ਜਾਣ ਦੇ। ਬਾਪੂ ਦੀ ਵੀ ਹੱਦ ਹੀ ਆ। ਕੀ ਬੋਲੀ ਜਾਂਦਾ ਸੀ ਤੇਰਾ ਬਾਪੂ ਤੈਨੂੰ?
ਬਾਪੂ ਕੀ ਆ, ਕੰਮ ਕਰ ਲਿਆ ਕਰ, ਕੋਈ ਕਾਰ ਕਰ ਲਿਆ ਕਰ। ਤੂੰ ਕਿਹਾ ਸੀ ਮੈਨੂੰ ਪੜ੍ਹ ਲਾ ਪੁੱਤ, ਮੈਂ ਉਦੋਂ ਕਰਦਾ ਸੀ ਨਾ ਖੇਤੀ, ਉਦੋਂ ਤੂੰ ਮੈਨੂੰ ਕਿਉਂ ਰੋਕਿਆ ਮਾਂ? ਬੇ ਚੱਲ ਕੋਈ ਨਾ ਪੁੱਤ, ਕੱਲਾ ਕੱਲਾ ਜਵਾਕ ਆ ਤੂੰ ਮੇਰੇ, ਮੈਨੂੰ ਤਾਂ ਐਂ ਸੀ ਵੀ ਚੱਲ ਜਵਾਕ ਦੀ ਜ਼ਿੰਦਗੀ ਬਣ ਜੂ, ਕਾਹਨੂੰ ਖੇਤੀ ਪੱਤੀ ਦੇ ਕੰਮ ਦੇ ਵਿੱਚ ਪਾਉਣਾ, ਧੁੱਪਾਂ ਦੇ ਵਿੱਚ ਕੰਮ ਕਰਨੇ ਕਿਹੜਾ ਪੁੱਤ ਸੌਖੇ ਨੇ। ਮੈਥੋਂ ਪੁੱਛ ਕੇ ਦੇਖ ਮੈਂ ਕਿਵੇਂ ਖੇਤ ਰੋਟੀਆਂ ਦਾ ਟੋਕਰਾ ਲੈ ਕੇ ਜਾਂਦੀ ਹੁੰਦੀ ਸੀ, ਤੇਰਾ ਬਾਪੂ ਤਾਂ ਵਿਹਲਾ। ਮਾਂ ਮੇਰੀ ਗੱਲ ਸੁਣ, ਇਹਨੇ ਖੇਤ ਕਰਨਾ ਵੀ ਕੀ ਆ ਫਿਰ? ਹੁਣ ਇਹਨੇ ਕੀ ਕਰਨਾ ਸੀ ਖੇਤ, ਜਦੋਂ ਪਹਿਲੀ ਠੇਕੇ ਦੇ ਦਿੱਤੀ ਵੀ ਆ ਇੱਕ ਕਿਆਰਾ ਗਾ, ਪੱਠੇ ਮਿਲੇ ਆਉਂਦਾ ਨੀ ਵੱਢ ਕੇ, ਪਾਉਂਦਾ ਨੀ ਪਸ਼ੂਆਂ ਨੂੰ। ਉਹ ਪਹਿਲੇ ਬਥੇਰਾ ਕਰ ਲਿਆ ਨੇ ਕੰਮ ਉਮਰ ਚ, ਤੇ ਹੁਣ ਤਾਂ ਇਹ ਕੰਮ ਤੋਂ ਟਲਦਾ ਹੈ, ਇਸੇ ਕਰਕੇ ਤਾਂ ਬਾਂਹ ਠੇਕੇ ਤੇ ਦੇਣ ਲੱਗ ਗਿਆ ਏ। ਕੀ ਗੱਲ, ਇਹਦੇ ਕਿਹੜਾ ਹਜੇ ਟੁੱਟੇ ਨੇਗੇ? ਜ਼ਿਆਦਾ ਬੁੜਾ ਤਾਂ ਨੀ ਹੋ ਗਿਆ ਵੀ ਇਹ, ਕੋਈ 70-80 ਸਾਲ ਦਾ ਹੋ ਗਿਆ ਵੀ ਕੰਮ ਨੀ ਹੁੰਦਾ, ਆਪ ਕਰ ਲੈ, ਤੈਨੂੰ ਕਹਿੰਦਾ ਗਾ। ਫਿਰ ਹੁਣ ਮਾਂ ਉਹੀ ਤਾਂ ਗੱਲ ਆ ਗਈ, ਮੈਂ ਉਹਨੂੰ ਕਿਹਾ ਤਾਂ ਹੈਗਾ ਪਰ ਮੇਰੇ ਮਗਰ ਪੈ ਗਿਆ, ਕਹਿੰਦਾ ਤੇਰੀ ਮਾਂ ਵੀ ਮੈਨੂੰ ਪੁੱਠਾ ਬੋਲਦੀ ਆ, ਤੇਰੇ ਘਰ ਵਾਲੀ ਨੇ ਕਹਿੰਦਾ ਮੈਨੂੰ ਗਾਲਾਂ ਕੱਢਣਾ। ਬੇ ਵੀਰ ਬੋਲਣਾ ਹੀ ਹੈ, ਦੱਸ ਮੈਂ ਇਹਦੇ ਤੈਨੂੰ ਕੀ ਕਰਾਂ, ਕਿੱਥੇ ਕਿੱਥੇ ਪਰਦੇ ਢੱਕਾਂ ਮੈਂ ਇਸਦੇ, ਥੋੜੀ ਬੇਇੱਜ਼ਤੀ ਕਰਾਈ ਇਸਨੇ ਮੇਰੀ, ਕਦੇ ਕਿਸੇ ਨਾਲ ਮਾੜਾ ਮੋਟਾ ਹੈ ਨੀ ਇਹ ਬੰਦਾ ਕੰਮ ਦਾ, ਕੀ ਦੱਸਾਂ ਮੈਂ ਤੈਨੂੰ ਹੈਂ। ਕਦੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਪਿਆ, ਕਦੇ ਕਿਸੇ ਨੂੰ ਪੁੱਠਾ ਸਿੱਧਾ ਬੋਲ ਪਿਆ। ਇੱਕ ਵਾਰੀ ਪ੍ਰਤਾਪ ਕੁਰਤੀ ਜਿਹੜੀ ਲੈ, ਹੁਣ ਨੇਰੇ ਨੇਰੇ ਗੋਹਾ ਸਿੱਟੇ ਲਾ, ਉਹਦੇ ਮਗਰੀ ਲੱਗ ਲਿਆ ਲੈ। ਪੰਚਾਇਤਾਂ ਚ ਨਿਬੜ ਬੁਰਾ ਹਾਲ, ਮੈਂ ਹੋਵਾਂ ਤਾਂ ਵੀ ਵਿੱਚ ਵਿਚਾਲੇ ਇਹਦਾ ਖਹਿੜਾ ਛੱਡਾ ਮਾਣਾ, ਨਹੀਂ ਉਹ ਜੁੰਡਾ ਤੇ ਫੜ ਕੇ ਸਿੱਟ ਲਾਂਦੇ, ਨਾਲੇ ਦਿੰਦੇ ਇਹਨੂੰ ਥਾਣੇ ਚ, ਇਹ ਤਾਂ ਇਹੀ ਜੀ ਕਾੜ ਕਰਤੂਤ ਹੈਗਾ। ਹੁਣ ਤਾਂ ਬਸ ਇਹ ਬਸ ਉਹੀ ਸਰਿਆ ਪੈਦੇ ਕਰਨ ਨੂੰ ਤਾਂ ਵੀਰ। ਚੱਲ ਕੋਈ ਨਾ, ਕੰਮੋ ਕਿੱਥੇ ਆ? ਅੰਦਰ ਹੀ ਆ ਭਾਈ। ਚੱਲ ਕੋਈ ਨਾ ਪੁੱਤ, ਤੂੰ ਤਾਂ ਗੁੱਸਾ ਨਾ ਕਰ। ਚੱਲ ਮੈਂ ਚਾਹ ਚੂਹ ਤੈਨੂੰ ਮੰਗਾ ਲੂੰਗਾ ਆਪੇ, ਚੰਗਾ? ਕੋਈ ਨਾ, ਨਾ ਚਾਹ ਤਾਂ ਮੈਂ ਲਿਆ ਦੇਣੀ। ਚੱਲ ਨਾ ਨਾ ਤੂੰ ਆਰਾਮ ਕਰ ਲਾ ਮਾਂ। ਠੀਕ ਆ ਪੁੱਤ, ਚੱਲ ਕੋਈ ਨਾ, ਮੈਂ ਵੀ ਇੱਧਰ ਜਾਂਦੀ ਸੀ, ਮੈਂ ਚੱਲ ਭਾਂਡੇ ਧਰਿਆ ਮੈਂ ਸਿੰਖ ਚ। ਦੇਖੀ ਪਤਾ ਨੀ ਕਿੱਧਰ ਰਹਿ ਗਏ, ਨਾ ਫੋਨ ਚੱਕਦੇ ਨੇ ਜੀ। ਰਹਿ ਗਏ ਨੀ, ਆ ਗਏ ਤਾਂ ਰੋਟੀ ਲੈ ਕੇ ਆ ਯਾਰ। ਉੱਠੋ ਪਹਿਲਾਂ ਮੇਰੀ ਗੱਲ ਸੁਣੋ, ਇੰਨਾ ਟਾਈਮ ਲਾਏ ਯਾਰ, ਗਰਮੀ ਵਾਲੀ ਆ, ਪਾਣੀ ਪੂਣੀ ਲਿਆ ਦੇ। ਉਧਰੋਂ ਬਾਪੂ ਨੇ ਘੇਰ ਲਿਆਉਂਦੇ ਹੋਏ, ਬੇਬੇ ਨੇ ਘੇਰ ਲਿਆ। ਕਿਵੇਂ ਮਿਲ ਗਏ ਕੈਮਰੇ ਉਹਨੂੰ? ਮਿਲ ਗਏ ਉਹਨੂੰ ਤਾਂ ਕੈਮਰੇ, ਉਹਨੇ ਕੰਮ ਚਲਾਉਣਾ। 1,80,000 ਦਾ ਸੈਕਿੰਡ ਹੈਂਡ ਲੈਤਾ। 1,80,000 ਦਾ? ਨਾਲੇ ਮੇਰੀ ਨਾ ਕੱਲ ਨੂੰ ਇੰਟਰਵਿਊ ਆ ਗਈ। ਸੱਚੀ? ਹੋਰ, ਤੇ ਮੈਂ ਤੈਨੂੰ ਐਂ ਕਹਿੰਦਾ, ਬੜ ਗਈ ਦਿਮਾਗ 'ਚ ਵੀ ਘਰ ਦੀ ਕਹਿੰਦੀ ਆ ਕੰਮ ਕਰ ਲੈ। ਉਹ ਯਾਰ ਉਹ ਮੈਨੂੰ ਕੰਮ ਤਾਂ ਮੈਂ ਲੱਭੀ ਜਾਂਦਾ, ਤੈਨੂੰ ਪਤਾ ਹੀ ਆ ਹਨਾ, ਤੇ ਤੂੰ ਐਂ ਕਰ ਮੈਨੂੰ ਰੋਟੀ ਰੋਟੀ ਲਿਆ ਦੇ। ਰੋਟੀ ਤਾਂ ਮੈਂ ਲਿਆ ਦੂੰਗੀ, ਪਹਿਲਾਂ ਮੇਰੀ ਗੱਲ ਸੁਣੋ। ਸੁਣਾ। ਉਹ ਯਾਰ ਆ ਕੇ ਸੁਣ ਲਓ ਪਹਿਲਾਂ, ਹੋ ਲਿਆ ਦੇ, ਪਹਿਲਾਂ ਮੇਰੀ ਗੱਲ ਹੀ ਸੁਣੋ। ਸੁਣਾ। ਹੁਣ ਬਾਹਰੋਂ ਤੁਸੀਂ ਕੁਛ ਖਾ ਕੇ ਨਹੀਂ ਆਏ ਦੋਸਤ ਨੇ? ਡੇਢ ਲੱਖ ਕੁਛ ਕੀ ਖਾਣਾ, ਤੈਨੂੰ ਪਤਾ ਲੱਖ ਦਾ ਕੈਮਰਾ ਲੈ ਲਿਆ ਦੇ। ਉਹ ਯਾਰ ਕੰਮ ਚਲਾਉਣਾ ਉਹਨੇ, ਹੈਂ ਲਵਾਉਣ ਨੂੰ ਤਾਂ ਉਹਦਾ ਮੈਂ 2,000 ਲਵਾ ਦਿੰਦਾ, ਕਿਸੇ ਹੋਰ ਕੰਮ ਚਲਾ ਲਊਗਾ। ਹੁਣ ਆਪਣੇ ਨੂੰ ਉਹਦੇ ਕਿਹੜਾ ਕਿਹੜਾ ਪੈ ਲਈ ਆ ਵਿਚਾਰੇ ਕੋਲੇ। ਇਹ ਤਾਂ ਗੱਲ ਹੈ ਕੀ ਆ, ਚੱਲ ਕੋਈ ਨਾ, ਉਹਨੂੰ ਕਹਿ ਤਾਂ ਦਿੰਦਾ ਭਾਬੀ ਨੂੰ ਪਾਰਟੀ ਨਹੀਂ ਕਰਨੀ ਕਿ ਤੇਰੀ ਨੂੰ ਯਾਰ ਕਰ ਦੂਗਾ। ਫਿਰ ਮੈਂ ਹੀ ਨਾ ਲੈ ਲੈਂਦਾ ਪਾਰਟੀ, ਉਹਦੇ ਤੋਂ ਜੇ ਪੈਸੇ ਹੀ ਲਵਾਉਣੇ ਹੁੰਦੇ ਉਹਦੇ, ਮੈਂ ਇੱਥੋਂ ਲੈ ਲਈ ਪਾਰਟੀ ਤੋਂ, ਲਾਡੀ ਦੇ ਮੁੰਡੇ ਦੀ। ਬਸ ਉਹ ਤਾਂ ਲਾਉਂਗੀ, ਮੇਰਾ ਦਿਓਰ ਹੈਗਾ। ਚੱਲ ਤੂੰ ਗੱਲ ਦੱਸ ਕੀ ਆ, ਫਿਰ ਰੋਟੀ ਤਾਂ ਲਿਆ ਦੇ। ਨਾ ਰੋਟੀ ਨਹੀਂ, ਪਹਿਲਾਂ ਗੱਲ ਸੁਣੋ ਮੇਰੀ। ਸੁਣਾ ਗੱਲ, ਸੁਣਾ ਮੇਰੀ ਗੱਲ ਸੁਣ ਲਓ, ਠੀਕ ਹੈ ਨਾ? ਅੱਜ ਤੱਕ ਤਾਂ ਮੈਂ ਬੋਲੀ ਨਹੀਂ ਹੈਗੀ, ਬਾਪੂ ਨੂੰ ਸਮਝਾ ਲਓ। ਕਿਉਂ, ਬਾਪੂ ਨੇ ਤੈਨੂੰ ਕੀ ਕਹਿਤਾ? ਕੀ ਕਹਿਤਾ? ਉਹ ਯਾਰ ਬਾਪੂ ਤਾਂ ਮੈਨੂੰ ਵੀ 100-100 ਬੋਲਿਆ ਗੱਲਾਂ, ਤੂੰ ਖੇਤ ਵਗਦਾ ਤੂੰ ਐਂ ਕਰ ਲਾ, ਤੂੰ ਐਂ ਕਰ ਲਾ। ਜਦੋਂ ਖੇਤ ਜਾਂਦਾ ਹੁੰਦਾ ਸੀ ਇਹਨੂੰ ਮੇਰੀ ਖੇਤੀ ਨਹੀਂ ਪਸੰਦ, ਠੀਕ ਆ ਨਾ? ਤੇਰੇ ਕੋਲ ਤਾਂ ਝਾੜ ਘੱਟ ਨਿਕਲਿਆ ਹੈ, ਮੈਂ ਸੱਠ ਮਾਰ ਕੇ ਯਾਰ ਝਾੜ ਝੂੜ ਦੀ ਤਾਂ ਗੱਲ ਵੱਖਰੀ ਹੈਗੀ, ਤੁਸੀਂ ਗੱਲ ਕਿਉਂ ਨਹੀਂ ਸਮਝਦੇ ਹੁੰਦੇ? ਸੁਣਾ, ਪਰ ਦੱਸੇਂਗੇ ਵੀ ਕੁਛ ਕੁ ਪਹਿਲੀਆਂ ਪਾਈ ਜਾਏਗੀ। ਸਵੇਰ ਦੀ ਗੱਲ ਹੈਗੀ, ਸਵੇਰੇ ਕਹਿੰਦੇ ਹਾਂ ਹਾਂ ਉਹਦੇ ਨਾਲ ਜੁੜ ਕੇ ਬੈਠੀ ਰਹਿੰਦੀ ਆ, ਮੈਂ ਤੈਨੂੰ ਕਹਿੰਦਾ ਬਾਜਾਂ ਮਾਰੀ ਜਾਂਦਾ, ਮੇਰੀ ਗੱਲ ਨਹੀਂ ਸੁਣਦੀ, ਕਹਿੰਦਾ ਮੇਰੇ ਇੱਕ ਬੋਲ ਤੇ ਮੇਰੇ ਕੋਲ ਹਾਜ਼ਰ ਹੋਇਆ ਕਰ, ਨਾ ਮੈਂ ਤੇਰੇ ਨਾਲ ਨਹੀਂ ਜੁੜ ਕੇ ਬੈਠੂ, ਹੋਰ ਕਿਹਦੇ ਨਾਲ ਬੈਠੂ, ਤੇਰੇ ਕੋਲ ਨਹੀਂ ਬੈਠੂ, ਹੋਰ ਕਿਹਦੇ ਨਾਲ ਬੈਠੂਗੀ। ਉਹ ਯਾਰ ਬਾਪੂ ਨਾ ਸਠਿਆ ਗਿਆ, ਉਹਦੀ ਉਮਰ ਹੋਈ ਪਈ ਆ,
ਬੇਬੇ ਨਾਲ ਕਲੇਸ਼ ਹੋਈ ਹੋਊਗਾ, ਕੋਈ ਗੱਲਬਾਤ ਹੋਈ ਹੋਊ, ਉਹਨੇ ਤੇਰੇ ਤੇ ਲਾਤੀ ਗੱਲ, ਜਾਂ ਰੋਟੀ ਲਿਆ ਦੇ ਮੈਂ ਆਪੇ ਕਹਿ ਦੂੰਗਾ ਬਾਪੂ। ਇਹ ਵੀ ਨੀ ਉਹਨੇ ਇਹ ਕਿਹਾ ਖਰਚਾ, ਕਹਿੰਦਾ ਮੇਰੇ ਤੋਂ ਲਿਆ ਕਰ। ਖਰਚਾ ਉਹਨੂੰ ਤਾਂ ਤੇਰੇ ਤੋਂ ਹੀ ਲੈਂਦੇ ਆ ਸਾਰੇ ਜਾਣੇ, ਤੁਸੀਂ ਸਮਝ ਕਿਉਂ ਨੀ ਰਹੇ ਗੱਲ ਨੂੰ? ਓ ਯਾਰ ਬਸ ਤੂੰ ਨਾ ਸਮਝਾ, ਹੁਣ ਤੂੰ ਪਾਲਾ ਕਲੇਸ਼, ਰੋਟੀ ਲਿਆ ਦੇ ਮੈਨੂੰ ਬਸ। ਕਮਾਲ ਦੀ ਗੱਲ ਆ ਯਾਰ, ਜਿਹੜੀ ਸਮਝਣ ਵਾਲੀਆਂ ਗੱਲਾਂ ਕੋਈ ਸਮਝਦਾ ਹੀ ਨੀ ਹੈਗਾ ਵਾ। ਤੂੰ ਬਾਹਰ ਰੋਟੀ ਲਿਆ ਦੇ ਮੈਨੂੰ, ਕੁਛ ਨੀ ਕਹਿੰਦਾ। ਕੀ ਲੈ ਕੇ ਆਵਾਂ? ਇੱਕ ਫਲੀਆਂ ਦੀ ਸਬਜ਼ੀ ਆ, ਇੱਕ ਆਲੂ ਆ, ਜਿਹੜੀ ਮਰਜ਼ੀ ਲਿਆ। ਹਾਏ ਰੱਬਾ, ਟੁੱਟੀ ਟੁੱਟੀ ਜਾਂਦੀ ਆ ਯਾਰ, ਥੱਕ ਗਏ। ਓ ਯਾਰ ਪਤਾ ਨੀ ਕਿੱਥੇ ਮਚਾਏ ਪਏ ਆਏ ਨੇ। ਓ ਯਾਰ ਕੰਮੋ, ਉਹਦਾ ਯਾਰ ਪਤਾ ਨੀ ਹੋ ਰਹੀ ਆ ਕਾਸੇ ਦੀਆਂ ਕਿਤਾਬਾਂ ਆਈਆਂ ਜ਼ਰੂਰਤ ਆ। ਮੇਰੀ ਗੱਲ ਵੀ ਸੁਣ ਲੋ, ਸਾਰਾ ਕੁਛ ਮੋਟਰਸਾਈਕਲ ਤੇ ਟੰਗਿਆ ਪਿਆ ਤੁਹਾਡਾ ਸਰਟੀਫਿਕੇਟ ਲੈ ਗਈ। ਹੋਰ ਹਾਏ ਹੋ ਰੱਬਾ, ਸ਼ੁਕਰ ਆ ਮੇਰੇ ਮਨ ਤੇ ਤਾਂ ਟੈਨਸ਼ਨ ਬਣੀ ਪਈ ਸੀ, ਪਤਾ ਨੀ ਕਿੱਥੇ ਹੋਣਗੇ। ਅੱਛਾ ਟੈਨਸ਼ਨ ਬਣੀ ਪਈ ਸੀ, ਇੰਨੇ ਗੁੱਸੇ ਨਾਲ ਕੋਈ ਮੇਰੀ ਤਾਂ ਗੱਲ ਨੀ ਸੁਣਨੂ ਤਿਆਰ। ਓ ਯਾਰ ਗੁੱਸੇ ਨਾਲ ਮੈਂ ਕਿਹਾ, ਮੈਂ ਇੱਥੇ ਰੱਖੇ ਸੀਗੇ, ਤੂੰ ਮਹਾ ਕਰਵਾਉਣੇ ਕੀ ਆਗੇ ਕਰਵਾਉਣੇ ਸੁਣ ਲੈ ਗਈ। ਇਹ ਮੇਰੀ ਗੱਲ ਸੁਣ ਲਓ, ਬੈਸਟ ਆਫ ਲੱਕ, ਓਕੇ ਮੇਰੀ ਗੱਲ ਸੁਣੋ। ਨੌਕਰੀ ਮਿਲ ਗਈ ਨਾ, 50,000 ਸੈਲਰੀ ਆ, ਜਿੰਨੇ ਮਰਜ਼ੀ ਸੂਟ ਲੈ ਕੇ ਆਇਆ ਕਰੀ, ਠੀਕ ਆ ਨਾ? ਚਲੋ ਠੀਕ ਹੈ, ਉਹ ਤਾਂ ਵਾਧੀਆਂ ਗੱਲਾਂ ਨੇਗੀਆਂ, ਪਰ ਨਰਵਸ ਨੀ ਹੋਣਾ, ਠੀਕ ਹੈ ਨਾ? ਪੂਰੇ ਧਿਆਨ ਨਾਲ ਤੇ ਰਸਤੇ ਦੇ ਵਿੱਚ ਧਿਆਨ ਨਾਲ ਜਾਣਾ, ਓਕੇ ਓਕੇ ਓਕੇ, ਕਾਲੀ ਨਹੀਂ ਕਰਨੀ, ਗੁਰੂ ਘਰ ਜ਼ਰੂਰ ਹੋ ਕੇ ਜਾਣਾ, ਮੱਥਾ ਟੇਕ ਕੇ ਜਾਣਾ। ਗੁਰੂ ਘਰ ਤਾਂ ਨੌਕਰੀ ਤੋਂ ਬਾਅਦ ਹੀ ਮਿਲਾਂਗੇ, ਕੋਈ ਗੱਲ ਨਹੀਂ। ਨਹੀਂ ਏਦਾਂ ਨਹੀਂ ਬੋਲਦੇ ਹੁੰਦੇਗੇ, ਗੁਰੂ ਘਰ ਹੋ ਕੇ ਜਾਈ। ਓ ਯਾਰ ਬਾਬੇ ਨੇ ਸੁਣੀ ਤਾਂ ਹੈ ਨਹੀਂ ਯਾਰ ਕਦੇ ਮੇਰੀ, ਚੱਲ ਕੋਈ ਨਾ, ਮੈਨੂੰ ਹੁਣ ਜਾਣ ਦੇ, ਖੰਡ ਬਣ ਕੇ ਚੰਗਾ। ਦੇਖੋ ਆਏ ਨਹੀਂ ਬੋਲਦੇ ਹੁੰਦੇ ਨਾਲ, ਇਹ ਨਾ ਧਿਆਨ ਨਾਲ ਬੋਲਦੇ ਹੁੰਦੇ, ਏਦਾਂ ਥੋੜੋ ਬੋਲਦੇ ਆ ਵੀ ਗੁਰੂ ਘਰ ਏਦਾਂ। ਮੈਂ ਏਦਾਂ ਨਹੀਂ ਕਹਿੰਦਾ, ਮੈਨੂੰ ਯਕੀਨ ਬਹੁਤ ਆ, ਮੈਂ ਗੁਰੂ ਘਰ ਤੈਨੂੰ ਪਤਾ ਪਰਮਾਨੈਂਟ ਜਾਂਦਾ ਸੀਗਾ ਹਨਾ, ਪਰ ਮੈਂ ਕੀ ਕਰਾਂ ਬਾਬਾ, ਮੇਰੀ ਬਾਹ ਹੀ ਨਹੀਂ ਫੜਦਾ ਜਦੋਂ। ਬਾਹ ਨਹੀਂ ਫੜਦਾ ਤੇ ਆ ਵੀ ਤਾਂ ਸਾਰਾ ਕੁਝ ਰੱਬ ਨੇ ਦਿੱਤਾ ਹੋਇਆ। ਚੱਲ ਠੀਕ ਆ, ਹੁਣ ਮੈਨੂੰ ਜਾਣ ਦੇ ਯਾਰ, ਰਿਕੁਐਸਟ ਆ, ਪਲੀਜ਼ ਜੇ ਹੋ ਸਕਿਆ ਤਾਂ ਗੁਰੂ ਘਰ ਹੋ ਕੇ ਚੱਲੋ। ਮੇਰੀ ਗੱਲ ਸੁਣ, ਮੈਂ ਖੰਡ ਲੈ ਕੇ ਆਉਣੀ ਆ। ਖੰਡ ਖਾਣ ਨਾਲ ਨੌਕਰੀਆਂ ਨਹੀਂ ਮਿਲਦੀਆਂ ਹੁੰਦੀਆਂ, ਨੌਕਰੀਆਂ ਉਹੀ ਮਿਲ ਜਾਂਦੀਆਂ ਹੁੰਦੀਆਂ। ਮੈਂ ਜਾਣਾ, ਬਾਏ ਬਾਏ, ਧਿਆਨ ਰੱਖੀ। ਉਸ ਗੱਲ ਸੁਣ, ਇੱਕ ਤਾਂ ਨਾ ਇਹ ਨੀ ਜਮਾ ਹੀ ਸੁਣਦੇ ਹੈਗੇ ਕਿ ਇੰਨੀ ਕਾਲੀ, ਚੱਲ ਕੋਈ ਸ਼ਗਨ ਵੀ ਹੁੰਦੇ ਹੈਗੇ, ਪਹਿਲਾਂ ਵਾਲੇ ਜ਼ਮਾਨਿਆਂ 'ਚ ਇੱਦਾਂ ਹੀ ਕਰਦੇ ਸੀਗੇ, ਘਰੋਂ ਜਾਣ ਤੋਂ ਪਹਿਲਾਂ ਮਿੱਠਾ ਜ਼ਰੂਰ ਖਵਾਉਂਦੇ ਸੀ, ਇਹ ਵੀ ਸਮਝਦੇ ਨਹੀਂ ਹੁੰਦੇ ਗੇ, ਐਵੇਂ ਥੋੜ੍ਹੋ ਸਿਆਣੇ ਗੱਲਾਂ ਕਹਿੰਦੇ ਹੁੰਦੇ ਸੀ। ਪਤਾ ਨਹੀਂ ਹੁਣ ਗੁਰੂ ਘਰ ਵੀ ਜਾਣਗੇ ਕਿ ਨਹੀਂ। ਚਲੋ ਭਾਈ ਕਿਉਂ ਹੋਊ, ਜਿਹੜੇ ਕਹਿੰਦੇ ਪਰਮਾਤਮਾ ਕਰਦਾ, ਪਰਮਾਤਮਾ ਤੋਂ ਤਾਂ ਡਰ ਕੇ ਰਹਿਣਾ ਚਾਹੀਦਾ ਆਪਾਂ ਨੂੰ, ਆਪਾਂ ਨੂੰ ਕਿਹੜਾ ਕੀ ਹੋਊਗਾ। ਜਿਹੜਾ ਹੋਊਗਾ ਬਸ ਠੀਕ ਹੋ ਗਿਆ, ਬਸ ਰੋਵੋ ਨਾ ਭਾਈ। ਕਹਿੰਦਾ ਸੀਗਾ ਮੇਰੀ ਰੱਬ ਬਾਹ ਨੀ ਫੜਦਾ, ਪਤਾ ਨੀ ਕਿੱਦਾਂ ਕਿੱਦਾਂ ਦੇ ਬੋਲ ਬੋਲ ਕੇ ਘਰੋਂ ਨਿਕਲਿਆ ਸੀ। ਚੱਲ ਭਾਈ ਇਹਨੂੰ ਕਿਹੜਾ ਪਤਾ ਸੀ, ਇਹਨੂੰ ਤਾਂ ਆਏ ਸੀ ਮੇਰੇ ਕੋਲ ਹੋ ਕੇ ਜਾਂਦਾ, ਕਹਿੰਦਾ ਅੱਜ ਮੈਨੂੰ ਨੌਕਰੀ ਮਿਲ ਜੂਗੀ। ਮੈਂ ਚੱਲ ਚੰਗੀ ਗੱਲ ਆ, ਕਹਿੰਦਾ 50,000 ਤਨਖਾਹ ਹੋਊਗਾ, ਇਹੀ ਕਰਨਾ ਵਧੀਆ। ਸਨੀ ਉੱਠ ਗੜ ਮੇਰੇ ਬਾਰੇ ਦਾ ਸੋਚ ਲੈਂਦਾ। ਮੈਂ ਨੀ, ਮੈਂ ਵੀ ਇਹਦੇ ਨਾਲ ਹੀ ਮਰ ਜਾਣਾ, ਮੇਰਾ ਕੋਈ ਜਿਉਣ ਦਾ ਅੱਜ ਨੀ ਹੋਣਾ। ਉਹ ਭਾਈ ਜੇ ਮਰ ਜਾਂਦਾ ਹੋਵੇ ਗੱਲਾਂ, ਇਹ ਤਾਂ ਬਸ ਇੱਕ ਕਹਿਣ ਦੀਆਂ ਗੱਲਾਂ ਰਹਿ ਜਾਂਦੀਆਂ, ਕਿਸੇ ਨਾਲ ਕੱਲ ਨੂੰ ਹੈਗਾ
ਬਸ ਇੱਕ ਸਰਦਾ ਨਹੀਂ ਬੇਬੇ ਮੇਰੇ ਕੋਲ ਹੋ ਕੇ ਗਿਆ ਕਹਿੰਦਾ ਮੈਂ ਇੰਟਰਵਿਊ ਦੇ ਕੇ ਆਉਣੀ ਮੈਨੂੰ ਨੌਕਰੀ ਨਹੀਂ ਮਿਲੀ ਖੁਸ਼ ਹੋ ਜਾ ਮੇਰੇ ਪੁੱਤ ਨਾਲ ਕਲੇਸ਼ ਕਰਨਾ ਸੀ ਕੰਜਰਾ ਤੂੰ ਚੌੜਾ ਹੋ ਲੈ ਹੁਣ ਉਹ ਮਰੇ ਦਾ ਤਾਂ ਮੈਨੂੰ ਵੀ ਦੁੱਖ ਹੋਣਾ ਹੀ ਹੈ ਪਰ ਹੁਣ ਨਾ ਤਾਂ ਨਹੀਂ ਮਰਿਆ ਜਾਂਦਾ ਦੱਸ ਰੋਈ ਜਾਂਦੇ ਸਾਰੇ ਫਿਰ ਕਿਹੜਾ ਹੈ ਮੁੰਡੇ ਹੋਊਗਾ ਲੈ ਇਹੋ ਜਿਹੇ ਮੌਕੇ ਤੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਇਹੀ ਨੀ ਹਰਦੀ ਭਾਈ ਚੁੱਪ ਕਰੋ ਮੇਰੇ ਪੁੱਤ ਦੇ ਦੰਦਾਂ ਪੂਰਾ ਸੀ ਕੰਜਰਾ ਤੇਰਾ ਦੰਦਾਂ ਪੂਰਾ ਬੇਬੇ ਚੁੱਪ ਕਰ ਕੋਈ ਗੱਲ ਨਹੀਂ ਤਾਂ ਹੁਣ ਸਭ ਗੱਲਾਂ ਹੁੰਦੀਆਂ ਇਹ ਤੁਸੀਂ ਗੱਲਾਂ ਬਾਅਦ ਚ ਕਰ ਲਿਓ ਹੁਣ ਤੁਸੀਂ ਜਿਹੜਾ ਕੰਮ ਕਰਨਾ ਉਹ ਕਰੋ ਰਿਸ਼ਤੇਦਾਰਾਂ ਨੂੰ ਫੋਨ ਲਾ ਤੇ ਬਾਪੂ ਜੀ ਢੰਗ ਨਾਲ ਬੋਲਿਆ ਕਰੋ ਕੋਈ ਨਾ ਭਾਈ ਕੋਈ ਨਾ ਚੁੱਪ ਕਰ ਜੋ ਸੁਣਦਾ ਬੋਲੀ ਜਾਂਦੇ ਚਲੋ ਤੁਸੀਂ ਆਹ ਨਾ ਕਰੋ ਭਾਈ ਕੋਈ ਨੀ ਮੈਂ ਕਰਦਾ ਇੰਤਜ਼ਾਮ ਸਾਰਾ ਕੋਈ ਗੱਲ ਨੀ ਤੁਸੀਂ ਪਾਓ ਕੋਈ ਨਾ ਮੰਮੀ ਹੌਸਲਾ ਰੱਖ ਕਿਹੜਾ ਹੋ ਜਾ ਕੋਈ ਨਾ ਭੈਣ ਜੀ ਹੌਸਲਾ ਰੱਖੋ ਤੁਸੀਂ ਮੈਨੂੰ ਵੀ ਨਾਲ ਹੀ ਲੈ ਜਾ ਪੁੱਤ ਮੈਂ ਤੇਰੇ ਬਿਨਾਂ ਜਗ ਤੇਰੇ ਕੀ ਕਰਨਾ ਆਹੋ ਆਹੋ ਪਹਿਲਾਂ ਕਹਿੰਦੇ ਖੜਾ ਹੋ ਜਾ ਹੁਣ ਤੂੰ ਨਾਲ ਲੈ ਜਾ ਕਿਉਂ ਇਹ ਵਿਹਲਾ ਹੀ ਆ ਤੈਨੂੰ ਨਾਲ ਲਿਜਾਣ ਵਾਸਤੇ ਮੰਮੀ ਨਹੀਂ ਬੋਲਦਾ ਓਏ ਹੁਣ ਨੀ ਬੋਲਦਾ ਮਨਜੀਤ ਕੁਰੇ ਇਹ ਕੰਮ ਸਨੀ 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 ਪੁੱਤ ਸਨੀ ਦਾਦਾ ਸਾਹਿਬ ਮੰਮੀ ਹਾਈ ਨੂੰ ਕੀ ਹੋ ਗਿਆ ਓ ਇੱਧਰ ਕਰੋ ਇੱਧਰ ਕਰੋ ਮੰਮੀ ਹਾਏ ਰੱਬਾ ਮੇਰੇ ਹਾਂ ਕੀ ਹੋ ਗਿਆ ਡਾਕਟਰ ਨੂੰ ਬੁਲਾ ਲੋ ਹਾਏ ਮੈਂ ਤਾਂ ਲੱਗਾ ਦੋਨੇ ਇਕੱਠੀ ਨਾ ਕਿਤੇ ਕਰ ਗਏ ਹੋਣ ਬਾਪੂ ਜੀ ਹੈ ਮਨਜੀਤ ਮੰਮੀ ਮੰਮੀ ਮੈਂ ਤਾਂ ਲੱਗਾ ਦੋਨਾਂ ਦੀ ਮੰਮੀ ਉੱਠੋ ਮੰਮੀ ਤੁਸੀਂ ਚੁੱਪ ਕਰੋ ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਭੱਜ ਕੇ ਮਾਂ ਭੈਣੇ ਅੰਮੋ ਕੁਛ ਵੀ ਨਹੀਂ ਮੰਮੀ ਕੀ ਹੋ ਗਿਆ ਰੱਬ ਜੀ ਬਾਹਰ ਕੱਢੀ ਜਾਂਦਾ ਪਾਥੀਆਂ ਨੇ ਮੈਨੂੰ ਭੂੰਡ ਬਾਲੇ ਲੱਗਦੇ ਨੇਗੇ ਇਹ ਵੀ ਨਹੀਂ ਸੁੱਕਦੀਆਂ ਅੱਧੇ ਪੱਲੇ ਭਿੜਦਾ ਹੈਗਾ ਸਾਰੀਆਂ ਭੂੰਡ ਖਾ ਜਾਂਦੇ ਨੇਗੇ ਆ ਸੇ ਇੱਧਰ ਭੈਣ ਜੀ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਪਹਿਚਾਣ ਲਿਆ ਮੈਨੂੰ ਪਹਿਚਾਣ ਜਿਸ ਤਾਂ ਆਈ ਜਾਂਦੀ ਹੈ ਪਰ ਮੈਂ ਸਮਾਰਕੇ ਜਾਣਦੀ ਜੀ ਨਹੀਂ ਉਹ ਮੈਨੂੰ ਇੰਨੀ ਛੇਤੀ ਭੁੱਲ ਗਈ ਮੈਂ ਸਨੀ ਦੀ ਵਾਈਫ ਅੱਛਾ ਅੱਛਾ ਠੀਕ ਹੈ ਉੱਥੇ ਤਾਂ ਤੈਨੂੰ ਪਤਾ ਕਿਹੜਾ ਇਨਾ ਨਾ ਪਛਾਣ ਜੀ ਆਉਂਦੀ ਹੈ ਹੋਰ ਖਰਾਬ ਜਿਹਾ ਬਾਹਲਾ ਹੋ ਹੀ ਜਾਂਦਾ ਸੀਗਾ ਤੇ ਕਿਵੇਂ ਆਉਣੇ ਹੋ ਗਏ ਭੈਣੇ ਕੋਈ ਸੁਣ ਵੀ ਨਾ ਲਵੇ ਇੱਧਰ ਆ ਜਾ ਕੋਈ ਨਾ ਆਪਣੇ ਕੋਈ ਨਹੀਂ ਸੁਣਦਾ ਦੱਸ ਗੱਲ ਨਾ ਦਰਅਸਲ ਪਰਦੇ ਵਾਲੀ ਆ ਮੈਂ ਨਾ ਬੜੀ ਉਮੀਦ ਲੈ ਕੇ ਆਈ ਹਾਂ ਤੁਹਾਡੇ ਕੋਲ ਕਿਉਂਕਿ ਮੈਂ ਕਿਸੇ ਨੂੰ ਵੀ ਨਹੀਂ ਦੱਸਣ ਜੋਗੀ ਹੈਗੀ ਤੂੰ ਗੱਲ ਦੱਸ ਮੈਨੂੰ ਸਾਫ ਸਾਫ ਦੱਸ ਡਰਨਾ ਕੀ ਮੈਂ ਦੱਸਾਂ ਭੈਣੇ ਕਹਿੰਦੇ ਝੱਗਾ ਚੱਕਾਂਗੇ ਤਾਂ ਢਿੱਡ ਆਪਦਾ ਹੀ ਨੰਗਾ ਹੋਊਗਾ ਤੂੰ ਕੀ ਵਿਚਾਰਤਾ ਪਾਈ ਜਾਂਦੀ ਹੈ ਤੂੰ ਸਾਫ ਸਾਫ ਗੱਲ ਦੱਸ ਮੈਂ ਨਾ
ਮੇਰੇ ਸਹੁਰੇ ਬਾਰੇ ਤੁਹਾਡੇ ਨਾਲ ਗੱਲ ਕਰਨ ਆਈ ਆ। ਸਹੁਰੇ ਬਾਰੇ? ਹਾਂਜੀ ਸਹੁਰੇ ਬਾਰੇ। ਇਹੋ ਜਿਹਾ ਹੁਣ ਕੀ ਹੋ ਗਿਆ? ਮੇਰਾ ਸਹੁਰਾ ਨਾ ਮੈਨੂੰ ਬਹੁਤ ਟੋਰਚਰ ਕਰਦਾ ਗਾ, ਤੰਗ ਪਰੇਸ਼ਾਨ ਬਹੁਤ ਕਰਦਾ ਗਾ। ਇਹ ਕਿਵੇਂ ਹੋ ਸਕਦਾ? ਹੋ ਰਿਹਾ ਜੀ, ਹੋ ਨਹੀਂ ਸਕਦਾ। ਮੇਰਾ ਤਾਂ ਉਹਨੇ ਜੀਣਾ ਹਰਾਮ ਕੀਤਾ ਪਿਆ। ਜੇ ਮੈਂ ਹੁਣ ਜਾਣ ਦੀ ਸੋਚਦੀ ਹਾਂ, ਮੇਰਾ ਤਾਂ ਇੱਕ ਹੀ ਵਾਅਦਾ ਸੀ ਸੰਨੀ ਨਾਲ ਵੀ ਕੋਈ ਗੱਲ ਨਹੀਂ, ਜਿੱਦਾਂ ਮਰਜ਼ੀ ਹੋਵੇ ਕੁਛ ਵੀ ਹੋ ਜੇ ਆਪਣੇ 'ਚ, ਵੀ ਮੈਂ ਇਹ ਘਰ ਨਹੀਂ ਛੱਡਦੀ ਹੈਗੀ, ਮੈਂ ਤੇਰੇ ਮਾਂ ਬਾਪ ਦੀ ਸੇਵਾ ਕਰੂੰ। ਵੀ ਜੇ ਆਪਣੇ 'ਚ ਲੜਾਈ ਝਗੜਾ ਵੀ ਹੋ ਜਾਊ ਨਾ, ਮੈਂ ਤਾਂ ਵੀ ਤੇਰੇ ਨਾਲ ਇਸ ਘਰ 'ਚ ਰਹੂੰਗੀ। ਮੈਂ ਤਾਂ ਸੰਨੀ ਨਾਲ ਇੰਨੇ ਵਾਅਦੇ ਕੀਤੇ ਹੋਏ ਨੇ, ਪਰ ਸਾਰੇ ਵਾਅਦੇ ਖਿਲਰ ਗਏ। ਤੂੰ ਹੋਸਤਾ ਹੈ? ਤੂੰ ਆਪਣੇ ਸਹੁਰੇ ਬਾਰੇ ਇੰਨਾ ਕੁਛ ਕਹਿ ਰਹੀ ਹੈ? ਦੀਦੀ ਹੋਸਟ 'ਚ ਹੀ ਹਾਂ, ਤਾਂ ਹੀ ਤਾਂ ਤੁਹਾਡੇ ਕੋਲ ਆਈ ਹੈਗੀ ਦੁਖੀ ਮੈਂ। ਵੀ ਮੇਰੇ ਨਾਲ ਆਹ ਸਭ ਕੁਝ ਹੋ ਰਿਹਾ, ਮੇਰੀ ਹੈਲਪ ਕਰੋ ਪਲੀਜ਼। ਹੈਲਪ ਤਾਂ ਤੇਰੀ ਮੈਂ ਕਰ ਦੂੰ, ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਉਹਨੇ ਤਾਂ ਕਿਤੇ ਕੁੱਤੇ ਦਾ ਡੰਡਾ ਨਹੀਂ ਮਾਰਿਆ। ਦੀਦੀ ਜੋ ਦਿਸਦਾ ਨਾ, ਅਸਲ ਵਿੱਚ ਕਈ ਵਾਰ ਉਹ ਹੁੰਦਾ ਨਹੀਂ, ਜਿਹੜਾ ਹੁੰਦਾ ਉਹ ਦਿਸਦਾ ਨਹੀਂ। ਸਰਪੰਚ ਕੋਲ ਗਈ ਸੀ? ਨਹੀਂ ਉਹਨਾਂ ਕੋਲ ਤਾਂ ਨਹੀਂ ਮੈਂ ਹਲੇ ਗਈ। ਮੈਂ ਵੀ ਕਿਵੇਂ ਵਿਸ਼ਵਾਸ ਕਰਾਂ? ਦੀਦੀ ਭਰੋਸਾ ਤਾਂ ਤੁਹਾਨੂੰ ਕਰਨਾ ਹੀ ਪੈਣਾ, ਕਿਉਂਕਿ ਨਹੀਂ ਮੈਂ ਕੁਛ ਖਾ ਕੇ ਮਰ ਜਾਣਾ। ਨਹੀਂ ਨਹੀਂ ਇਹ ਕੁਛ ਨਹੀਂ ਕਰਨਾ ਤੈਂ, ਕੋਈ ਨਾ ਮੈਂ ਕੁਛ ਕਰਦੀ ਹਾਂ, ਮੈਂ ਕਰਦੀ ਹਾਂ ਗੱਲ ਅੱਜ ਸਰਪੰਚਨੀ ਨਾਲ। ਚਲੋ ਫਿਰ ਜੇ ਤੁਸੀਂ ਮੈਨੂੰ ਉਹਦੇ ਕੋਲ ਲੈ ਚੱਲਦੇ ਤਾਂ ਬੜੀ ਵਧੀਆ ਗੱਲ ਸੀ। ਤੁਸੀਂ ਚੱਲ ਵੜੋ ਮੇਰੇ ਨਾਲ, ਆਪਾਂ ਗੱਲ ਕਰ ਲੈਣੇ। ਮੈਂ ਤੁਹਾਡੇ ਨਾਲ ਹੀ ਵਗ ਚੱਲਦੀ ਹਾਂ। ਚਲੋ ਘਰੇ ਤਾਂ ਕੋਈ ਲੱਗਦਾ ਹੀ ਨਹੀਂ ਹੈਗਾ। ਸਰਪੰਚਨੀ ਜੀ ਬੈਜਾ, ਚੱਲ ਫਿਰ ਮੈਂ। ਆਜੋ ਆਜੋ ਲੰਘੇ ਹੋ ਜੀ। ਕੌਣ? ਸਰਪੰਚ ਨੇ ਜੀ ਤੁਹਾਨੂੰ ਤਾਂ ਮੈਂ ਪਹਿਲੀ ਵਾਰ ਮਿਲੀ ਹੈਗੀ, ਮੈਂ ਕਦੇ ਮਿਲੀ ਨੀ ਹੈਗੀ। ਠੀਕ ਹੈ ਠੀਕ ਹੈ। ਮੈਂ ਨਾ ਸਨੀ ਦੀ ਵਾਈਫ ਆਂਗੀ, ਜਿਹੜੇ ਮੁੰਡੇ ਦੀ ਡੈਥ ਹੋ ਗਈ ਸੀਗੀ। ਅੱਛਾ। ਹਾਂਜੀ ਤੇ ਮੈਨੂੰ ਤੁਹਾਨੂੰ ਦੱਸਣਾ ਸੀ, ਸ਼ਾਇਦ ਮੈਨੂੰ ਲੱਗਦਾ ਗੱਲ ਸੁਣਨ 'ਚ ਤੁਹਾਡੇ ਲਈ ਅਜੀਬ ਹੋਊਗੀ, ਮੈਡਮ ਕੋਈ ਹੱਲ ਕਰੋ ਮੇਰਾ। ਤੁਸੀਂ ਜਿਹੜੀ ਗੱਲ ਦੱਸਣੀ ਆ ਸਾਰੀ ਖੁੱਲ੍ਹ ਕੇ ਗੱਲ ਦੱਸੋ, ਕੋਈ ਗੱਲ ਨਹੀਂ। ਮੈਡਮ ਮੇਰਾ ਸਹੁਰਾ ਨਾ ਮੇਰੇ 'ਤੇ ਗਲਤ ਨਜ਼ਰ ਰੱਖਦਾ, ਮੈਨੂੰ ਟੋਰਚਰ ਕਰਦਾ, ਬਹੁਤ ਤੰਗ ਪਰੇਸ਼ਾਨ ਕਰਦਾ। ਅੱਛਾ। ਹਾਂਜੀ ਤੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਗੱਲਬਾਤ ਆ ਹੋਰ ਅੱਗੇ ਦੱਸੋ ਮੈਨੂੰ। ਮੈਂ ਤਾਂ ਜੀ ਇਨਸਾਫ ਚਾਹੁੰਦੀ ਹੈਗੀ, ਤੁਸੀਂ ਉਹਦੇ ਨਾਲ ਗੱਲਬਾਤ ਕਰੋ, ਮੇਰੇ ਤਾਂ ਜਿਉਣਾ ਤੋਂ ਉੱਪਰ ਕੀਤਾ ਪਿਆ ਉਹਨੇ। ਠੀਕ ਹੈ, ਮੈਂ ਤੁਹਾਡੀ ਸਾਰੀ ਗੱਲ ਸੁਣ ਲਈ, ਪਰ ਤੁਹਾਡੇ ਕੋਲ ਕੋਈ ਪ੍ਰੂਫ? ਆਪਾਂ ਇਨਸਾਫ ਲੈਣਾ ਹੈ, ਕਾਨੂੰਨ 'ਚ ਰਹਿ ਕੇ ਇਨਸਾਫ ਮਿਲੂਗਾ ਨਾ ਆਪਾਂ ਨੂੰ। ਪ੍ਰੂਫ ਤਾਂ ਜੀ ਮੇਰੇ ਕੋਲ ਕੋਈ ਵੀ ਨਹੀਂ ਹੈਗਾ, ਮੈਂ ਪ੍ਰੂਫ ਕਿੱਥੋਂ ਲੈ ਕੇ ਆਵਾਂ? ਇਹੀ ਗੱਲ ਦਾ ਜੀ ਇਹਨਾਂ ਨੂੰ ਮੈਂ ਆਖੀ ਸੀ। ਠੀਕ ਹੈ, ਜਿੱਥੋਂ ਤੱਕ ਉਹਨਾਂ ਨੂੰ ਮੈਂ ਜਾਣਦੀ ਹਾਂ ਕਿਤੇ ਉਹਨਾਂ ਨੇ ਕੁੱਤੇ ਬਿੱਲੇ ਦੇ ਡੰਡਾ ਨਹੀਂ ਮਾਰਿਆ ਜੀ। ਠੀਕ ਹੈ ਠੀਕ ਹੈ। ਇਹਨਾਂ ਨੂੰ ਮੈਂ ਇਹੀ ਆਖਿਆ ਵੀ ਤੁਸੀਂ ਐਡਾ ਵੱਡਾ ਦੋਸ਼ ਲਾ ਰਹੇ ਹੋ ਉਹਦੇ ਤੇ, ਇੱਕ ਸਿਆਣੇ ਮਿਆਣੇ ਤੇ। ਹਾਂਜੀ ਹਾਂਜੀ ਬਿਲਕੁਲ ਸਹੀ, ਬਹੁਤ ਔਖਾ ਹੈ ਦੇਖੋ ਹਨਾ। ਆਪਾਂ ਗੱਲ ਕਰਾਂਗੇ ਉਹਨਾਂ ਨਾਲ, ਇਸ ਗੱਲ ਵਿੱਚ ਆਪਾਂ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਹੈ। ਆਪਾਂ ਹੁਣ ਤਿੰਨ ਜਣੇ ਬੈਠੇ ਆ, ਕੋਈ ਦੂਜਾ ਤੀਜਾ ਹੋਰ ਹੈ ਨਹੀਂਗਾ ਆਪਣੇ 'ਚ, ਤੇ ਇਹਦੇ ਐਂ ਆ ਰਾਜੇ ਵੀ ਤੁਸੀਂ ਆਪ ਹੀ ਸਮਝਦਾਰ ਹੋ, ਪੜ੍ਹੇ ਲਿਖੇ ਹੋ, ਕਾਨੂੰਨ 'ਚ ਰਹਿ ਕੇ ਗੱਲ ਕਰਨੀ ਪੈਂਦੀ ਹੈ, ਬਾਕੀ ਬਿਨਾਂ ਸਬੂਤ ਤੋਂ ਤਾਂ
ਅੱਗੇ ਵੱਧ ਹੀ ਨਹੀਂ ਸਕਦੇ ਆਪਾਂ। ਤੁਸੀਂ ਮੇਰਾ ਵਿਸ਼ਵਾਸ ਕਰੋ ਜੀ, ਮੇਰੇ ਤੇ ਬੀਤਦੀ ਹੈ ਕਿ ਮੇਰੇ ਨਾਲ ਹੁੰਦੀਆਂ ਨੇ ਇਦਾਂ ਦੀਆਂ ਗੱਲਾਂ, ਤੇ ਮੈਂ ਜਿਉਂਦੀ ਜਾਗਦੀ ਸਬੂਤ ਤੋਂ ਬਿਨਾਂ ਕੀ ਤੁਸੀਂ ਨਾਲ ਤਾਂ ਕਾਨੂੰਨ ਵੀ ਦੇਖੋ ਛੇਤੀ, ਉਹ ਵੀ ਨਹੀਂ ਹਾਮੀ ਭਰਦਾ। ਨਹੀਂ ਭਰਦੇ, ਇਹੀ ਤਾਂ ਗੱਲ ਹੈ। ਬਾਕੀ ਤੁਹਾਨੂੰ ਪਤਾ ਮੈਂ ਡਿਊਟੀ ਵੀ ਕਰਦੀ ਹਾਂ ਨਾਲ ਨਾਲ। ਉਹੀ ਤਾਂ ਮੈਂ ਕਹਿੰਦੀ ਹਾਂ ਜੀ, ਮੈਂ ਖੁਦ ਸਬੂਤ ਹਾਂ ਜਿਉਂਦੀ ਜਾਗਦੀ, ਮੇਰੇ ਨਾਲ ਕੀ ਹੁੰਦਾ ਮੈਨੂੰ ਪਤਾ ਗਾ। ਹਜੇ ਤਾਂ ਮੇਰੇ ਘਰ ਦੇ ਸਿਵਾ ਵੀ ਨਹੀਂ ਠੰਡਾ ਹੋਇਆ, ਇਹਨੇ ਕੀ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ। ਨਹੀਂ, ਘਰ ਦੇ ਵਿੱਚ ਕੋਈ ਕੈਮਰੇ ਲੱਗੇ ਹੁੰਦੇ ਆ, ਕੋਈ ਫੋਟੋਜ਼ ਵਗੈਰਾ ਨਿਕਲ ਜਾਂਦੀ ਆ, ਫਿਰ ਉਹ ਤਾਂ ਹੋ ਸਕਦਾ ਗਾ। ਇਹ ਚੀਜ਼ਾਂ ਤਾਂ ਹੁਣ ਰਾਜੇ ਮੰਨੀਆਂ ਨਹੀਂ ਜਾਂਦੀਆਂ ਹੈਗੀਆਂ, ਆਮ ਹੀ ਆ ਕੇ ਆਪਾਂ ਕਹਿ ਦਈਏ ਜੀ ਕਿਸੇ ਨੂੰ। ਤੁਸੀਂ ਜੀ ਹੁਣ ਕੋਈ ਹੱਲ ਤਾਂ ਕਰੋ। ਨਹੀਂ ਜੀ, ਇੱਦਾਂ ਨਹੀਂ ਕੋਈ ਗੱਲ ਬਣਦੀ ਹੈਗੀ। ਤੁਸੀਂ ਵੀ ਸਮਝਾਓ ਇਹਨਾਂ ਨੂੰ। ਸਮਝਾਇਆ ਸੀਗਾ ਜੀ ਵੀ ਇਹ ਸਬੂਤ ਚਾਹੀਦੇ ਨੇ, ਆਪਾਂ ਕਿਤੇ ਵੀ ਜਾਂਦੇ ਆ ਦੇਖੋ, ਹਰ ਇੱਕ ਥਾਂ ਆਪਾਂ ਨੂੰ ਸਬੂਤ ਚਾਹੀਦਾ, ਸਬੂਤ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ। ਹੁਣ ਅਸੀਂ ਉਹਨੂੰ ਦੇਖੋ ਚੰਗਾ ਮਾੜਾ ਆਖਾਂਗੇ, ਦੋ ਭੈਣ ਭਾਈ ਸਾਨੂੰ ਕਹੂ ਕੋਈ ਵੀ ਕੋਈ ਤੁਹਾਡੇ ਕੋਲ ਕੀ ਸਬੂਤ ਹੈ, ਉਹ ਵੀ ਆਖੂ ਕਿ ਤੁਹਾਡੇ ਕੋਲ ਕੀ ਸਬੂਤ ਹੈ, ਫਿਰ ਅਸੀਂ ਕੀ ਮੂੰਹ ਦਿਖਾਵਾਂਗੇ, ਕੀ ਕਹਾਂਗੇ ਅਸੀਂ ਉਹਨਾਂ ਨੂੰ। ਮੈਂ ਤੁਹਾਡੀ ਇਸ ਵਿਸ਼ੇ ਤੇ ਕੋਈ ਮਦਦ ਨਹੀਂ ਕਰ ਸਕਦੀ, ਠੀਕ ਹੈ। ਨਹੀਂ ਸਰਪੰਚ ਨੇ ਜੀ, ਮੈਂ ਬਹੁਤ ਵੱਡੀ ਆਸ ਲੈ ਕੇ ਆਈ ਸੀ, ਮੈਂ ਹੁਣ ਜਾਊਂਗੀ ਵੀ ਕਿਹਦੇ ਕੋਲ। ਤੁਸੀਂ ਪਿੰਡ ਦੇ ਮੋਹਤਵਾਰ ਹੋਗੇ, ਤੁਸੀਂ ਮਸਲੇ ਸੁਲਝਾ ਸਕਦੇ ਹੋ। ਕਿਤੇ ਮੈਨੂੰ ਐ ਲੱਗਦਾ ਹੈ ਕਿਤੇ ਗੱਲ ਕੋਈ ਵਿੱਚੋਂ ਹੋਰ ਨਾ ਹੋਵੇ। ਦੇਖ ਤੁਸੀਂ ਆਪਣਾ ਨਾਂ ਕੀ ਦੱਸਿਆਗਾ? ਮੇਰਾ ਨਾਮ ਕੰਮੋ। ਹਾਂ ਦੇਖ ਕੰਮੋ, ਏਦਾਂ ਨਹੀਂ ਰਾਜੇ ਕੋਈ ਗੱਲ ਚੱਲਦੀ ਹੁੰਦੀ, ਤੁਸੀਂ ਸਮਝਦਾਰ ਹੋਗੇ। ਮੈਂ ਜ਼ਿਆਦਾ ਹੁਣ ਇਹਦੇ ਵਿਸ਼ੇ 'ਤੇ ਬੋਲਣਾ ਨਹੀਂ ਚਾਹੁੰਦੀ ਹੈਗੀ, ਠੀਕ ਹੈ। ਮੇਰੇ ਵੱਸੋਂ ਬਾਹਰ ਹੈ ਇਹ ਗੱਲ। ਜੇ ਕੋਈ ਮੈਨੂੰ ਕੋਈ ਪ੍ਰੂਫ ਜਾਂ ਕੋਈ ਤੁਹਾਡੇ ਕੋਲ ਵੀਡੀਓ ਬਣੀ ਹੋਵੇ, ਫਿਰ ਤਾਂ ਮੈਂ ਮੰਨ ਲਾਂ ਵੀ ਹਾਂ ਠੀਕ ਆ ਵੀ ਆਹ ਚੀਜ਼ ਹੈਗੀ ਹੈਗੀ। ਦੇਖ ਕੰਮੋ, ਹੁਣ ਤੁਸੀਂ ਨਹੀਂ ਮੇਰੀ ਹੈਲਪ ਕਰ ਸਕਦੇ। ਨਹੀਂ, ਮੈਂ ਹੈਲਪ ਕਰਨ ਨੂੰ ਬੈਠਿਆ, ਪਰ ਇਦਾਂ ਦੀ ਹੈਲਪ ਇਸ ਤਰ੍ਹਾਂ ਨਹੀਂ ਕਰ ਸਕਦੀ। ਤੁਹਾਨੂੰ ਪ੍ਰੂਫ ਚਾਹੀਦਾ? ਬਿਲਕੁਲ ਪ੍ਰੂਫ ਚਾਹੀਦਾ। ਠੀਕ ਹੈ ਮੈਡਮ, ਮੈਂ ਤਾਂ ਤੁਸੀਂ ਮੋਹਤਵਾਰ ਸੀ ਪਿੰਡ ਦੇ, ਬਹੁਤ ਵੱਡੀ ਆਸ ਲੈ ਕੇ ਆਈ ਸੀ, ਪਰ ਹੁਣ ਮੈਂ ਪ੍ਰੂਫ ਲੈ ਕੇ ਆਉਂ, ਉਦੋਂ ਪ੍ਰੂਫਾਂ ਦੇ ਆਧਾਰ ਤੇ ਗੱਲ ਕਰੂੰ। ਪਰ ਫਿਰ ਨਾ ਤੁਸੀਂ ਭੱਜਿਓ, ਫਿਰ ਮੈਂ ਕਿਹਾ ਫਿਰ ਅਸੀਂ ਤੇਰੇ ਨਾਲ ਆ, ਜਦੋਂ ਸਾਨੂੰ ਕੋਈ ਪ੍ਰੂਫ ਮਿਲ ਗਿਆ ਨਾ, ਫਿਰ ਅਸੀਂ ਖੁੱਲ ਕੇ ਮਦਦ ਕਰ ਸਕਦੇ ਹਾਂ ਤੇਰੀ, ਪਰ ਹੁਣ ਇਸ ਟਾਈਮ ਸੌਰੀ। ਠੀਕ ਹੈ ਮੈਡਮ, ਕੁਛ ਨਹੀਂ ਕਰ ਸਕਦਾ। ਫਿਰ ਤਾਂ ਨਾ ਮੈਂ ਖੁਦ ਵੀ ਲੜ ਸਕਦੀ ਹਾਂ, ਜਦੋਂ ਮੇਰੇ ਕੋਲ ਪ੍ਰੂਫ ਹੋਣਗੇ, ਫਿਰ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੋਣੀ। ਅਸੀਂ ਨਹੀਂ ਨਾ ਰਾਜੇ ਇਸ ਲੋਟ ਲੜ ਸਕਦੇ, ਬਿਨਾਂ ਪ੍ਰੂਫਾਂ ਤੇ ਕਿਤੇ ਵੀ ਨਹੀਂ ਲੜਿਆ ਜਾ ਸਕਦਾ। ਹੁਣ ਅਸੀਂ ਅਗਲੇ ਨੂੰ ਢਾ ਲਈਏ, ਮਤਲਬ ਕੋਈ ਉਹਦੇ ਗੱਲਬਾਤ ਕਰ ਲਈਏ, ਤਾਂ ਆਖੋ ਤੁਹਾਡੇ ਕੋਲ ਕੀ ਪ੍ਰੂਫ ਹੈ ਮੈਡਮ, ਤੁਸੀਂ ਬੋਲੀ ਜਾਂਦੇ ਹੋ, ਦੱਸੋ ਸਾਡੇ ਗੱਲ ਨੂੰ ਪਹਿਣਗੇ ਉਹ? ਚਾਰ ਬੰਦਿਆਂ 'ਚ ਅਸੀਂ ਵੀ ਸਿਰ ਨੀਵਾਂ ਕਰਾਂਗੇ ਵੀ ਹਾਂ ਬਾਕੀ ਸਾਡੇ ਕੋਲ ਤਾਂ ਕੋਈ ਪ੍ਰੂਫ ਹੈ ਨੀਗਾ। ਸਹੀ ਗੱਲ ਆ, ਦੁਨੀਆਦਾਰੀ ਆ। ਹਾਂ, ਕੌਣ ਕਿਸੇ ਤੇ ਯਕੀਨ ਕਰਦਾ? ਕੋਈ ਗੱਲ ਹੋਰ ਤਾਂ ਨਹੀਂ, ਕੋਈ ਜਾਇਦਾਦ ਬਾਰੇ, ਕੋਈ ਦੇਖ ਲਓ ਤੁਹਾਡੇ ਜਮੀਨ ਬਾਰੇ ਨਾ ਹੋਵੇ ਕੋਈ ਗੱਲ, ਤੁਸੀਂ ਇਲਜ਼ਾਮ ਆਵੇ ਸਹੁਰੇ ਤੇ ਲਾਈ ਜਾਂਦੇ ਹੋ ਜਿਹੜਾ, ਉਹ ਤੁਸੀਂ ਦੇਖੋ। ਮੈਂ ਜਮੀਨਾਂ ਕੀ ਕਰਨੀ ਆ ਜੀ, ਜਦੋਂ ਜਿਹਦੇ ਨਾਲ ਜੰਮਣ ਮਰਨ ਦੀਆਂ ਸੌਂਹਾਂ ਖਾਧੀਆਂ ਸੀ ਇਕੱਠੇ ਜਿਉਣ ਦੀਆਂ, ਜਦੋਂ ਉਹ ਹੀ ਛੱਡ ਕੇ ਚਲਾ ਗਿਆ, ਮੈਂ ਜ਼ਮੀਨਾਂ ਤੋਂ ਕੀ ਕਰਾਉਣਾਗਾ? ਦੇਖੋ ਰਾਜੇ, ਇਹ ਤਾਂ ਰੱਬ ਦੇ ਵੱਸ ਦੀ ਗੱਲ ਹੈ, ਆਪਣਾ ਕਿਤੇ ਜ਼ੋਰ ਨਹੀਂ ਹੈਗਾ, ਮੌਤ ਮੂਹਰੇ ਕਿਹਦਾ ਜ਼ੋਰ ਹੈ? ਇਹਦੇ ਮੂਹਰੇ ਤਾਂ ਕੋਈ ਨਹੀਂ ਰੋਕ ਸਕਦਾ ਜੀ, ਸਭ ਜਿਹਦੀ ਆ ਲੱਗੀ ਇੱਕ ਨਾ ਇੱਕ ਦਿਨ ਸਾਰਿਆਂ ਨੇ ਜਾਣਾ, ਆਪਾਂ ਕਿਹੜੇ ਇੱਥੇ ਗੱਦ ਗੱਡ ਕੇ ਬੈਠਣਾ, ਬਸ ਆਪਾਂ ਨੇ ਵੀ ਜਾਣਾ, ਅਸੀਂ ਇੱਕ ਪੈਰ ਚੱਲਣਾ ਦੂਜੇ ਦੀ ਕਾਸ਼ੀ ਨਹੀਂ। ਜਦੋਂ ਤੁਸੀਂ ਮਦਦ ਹੀ ਨਹੀਂ ਕਰ ਸਕਦੇ, ਫਿਰ ਇੱਥੇ ਐਵੇਂ ਬੈਠਣ ਦਾ ਵੀ ਕੀ ਫਾਇਦਾ? ਚਾਹ ਪਾਣੀ ਪਿਓਨੇ? ਨਹੀਂ ਨਹੀਂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਚਾਹ ਪਾਣੀ ਪੀਣੀ ਜੀ? ਚਲੋ ਠੀਕ ਹੈ, ਚੱਲ ਗਿਆ ਸੀ। ਚਲੋ ਠੀਕ ਹੈ ਜੀ, ਠੀਕ ਹੈ ਠੀਕ ਹੈ, ਆਪਾਂ ਫੇਰ ਮਿਲਦੇ ਹਾਂ। ਹਾਂ ਹਾਂ ਕੋਈ ਗੱਲ, ਦੇਖ ਲੈ ਆ ਚਾਦਰ ਦਾ ਕੀ ਹਾਲ ਹੈ, ਇਹ ਵੀ ਨਹੀਂ ਵੀ ਚਾਦਰਾਂ ਵਿਛਾ ਦਿਆ, ਉਵੇਂ ਛੱਡ ਜਾਂਦੇ ਜਿਵੇਂ ਹੁੰਦੀ ਹੈ। ਕੰਮੋ, ਉਹ ਲਿਆ ਚਾਹ ਦੀ ਘੁੱਟ, ਹੁਣ ਆ ਜਾ। ਆ ਲੈ ਬਾਪੂ ਜੀ। ਕੀ ਗੱਲ, ਹੌਲੀ ਜੇ ਬੜਾ ਬੋਲਦੀ ਹੈ, ਮਾੜਾ ਖੁੱਲ ਕੇ ਵੀ ਬੋਲਿਆ ਕਰ ਬਾਪੂ ਜੀ।
ਮੇਰੇ ਕੋਲ ਬੋਲਣ ਨੂੰ ਬਚਿਆ ਵੀ ਕੀ ਆ? ਤੁਹਾਨੂੰ ਔੜਦੀਆਂ ਹੋਣਗੀਆਂ ਗੱਲਾਂ, ਮੈਨੂੰ ਤਾਂ ਸਾਰਾ ਜੱਗ ਜਹਾਨ ਸੁਣਨਾ ਹੀ ਲੱਗਦਾ ਗਾ। ਕਿਉਂ ਸੁਣਨਾ ਕਿਉਂ ਲੱਗਦਾ? ਮੈਂ ਹੈਗਾ ਨਾ, ਕੀ ਹੋ ਗਿਆ ਜੇ ਮੇਰਾ ਮੁੰਡਾ ਮਰ ਗਿਆ? ਗੱਲ ਸੁਣ ਲੈ, ਐਵੀਂ ਨਾ ਉਧਰਿਆ ਕਰ ਕਿਸੇ ਗੱਲੋਂ। ਤੈਨੂੰ ਕਿਹਾ ਨਾ ਸਭ ਕੁਛ ਹਾਜ਼ਰ ਹੈ, ਬੇਫਿਕਰ ਹੋ ਕੇ ਕੰਮ ਕਰਿਆ ਕਰ, ਜਿਵੇਂ ਮੈਂ ਕਹਿੰਦਾ ਉਵੇਂ ਗੱਲ ਕਰਿਆ ਕਰ। ਬਾਪੂ ਜੀ ਥੋੜ੍ਹਾ ਜਿਹਾ ਨਾ ਆਪਦੀ ਜਵਾਨ ਨੂੰ ਲਗਾਮ ਦੇ ਲਿਆ ਕਰੋ। ਮੈਨੂੰ ਪਤਾ ਮੇਰੇ ਲਈ ਕੀ ਚੰਗਾ ਕੀ ਮਾੜਾ। ਜੇ ਮੈਂ ਮੇਰੇ ਬੰਦੇ ਨਾਲ ਮਰਨ ਜੰਮਣ ਦੀਆਂ ਗੰਢਾਂ ਨਾ ਨਾ ਪਾਈਆਂ ਹੁੰਦੀਆਂ, ਅੱਜ ਨੂੰ ਮੈਂ ਵੀ ਚੁੰਨੀ ਚੱਕ ਕੇ ਚੱਲ ਜਾਂਦੀ। ਪਰ ਮੈਂ ਉਹਨੂੰ ਵਾਅਦਾ ਕੀਤਾ ਸੀ ਵੀ ਕੋਈ ਗੱਲ ਨਹੀਂ, ਜ਼ਿੰਦਗੀ ਵਿੱਚ ਹਾਲਾਤ ਕਿੱਦਾਂ ਦੇ ਵੀ ਆ ਜਾਣ, ਮੈਂ ਇਸ ਘਰ 'ਚ ਰਹਿ ਕੇ ਮਾਂ ਬਾਪ ਦੀ ਸੇਵਾ ਕਰੂੰਗੀ। ਪਰ ਤੁਸੀਂ ਕੀ, ਹੱਦ ਹੋ ਗਈ ਤੇਰੇ ਵਾਲੀ? ਉਹ ਮਰ ਗਿਆ ਫਿਰ ਘਰ ਤਾਂ ਨਹੀਂ ਹੋ ਵਗ ਗਿਆ ਕਿਸੇ ਪਾਸੇ? ਦੇਖ ਸਾਰਾ ਕੁਛ ਇਸ ਘਰ ਦੇ ਵਿੱਚ, ਉਹ ਪਿਛਲੀਆਂ ਗੱਲਾਂ ਨੂੰ ਭੁੱਲ ਜਾ ਸਾਰੀਆਂ ਨੂੰ, ਨਵੀਆਂ ਗੱਲਾਂ ਯਾਦ ਕਰ। ਬਾਪੂ ਜੀ ਮੈਂ ਤੁਹਾਨੂੰ ਕਿੰਨੇ ਵਾਰ ਕਹਿ ਦਿੱਤਾ ਮੇਰੇ 'ਤੇ ਆ ਗੰਦੀ ਅੱਖ ਰੱਖਣੀ ਨਾ ਬੰਦ ਕਰ ਦਿਓ, ਨਹੀਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ। ਬਾਲੀਆਂ ਹੱਦਾਂ ਪਾਰ ਨਾ ਕਰੋ, ਮੈਂ ਤੁਹਾਡੇ ਧੀਆਂ ਦੇ ਸਮਾਨ ਹੈਗੀ। ਮੈਨੂੰ ਲੱਗਦਾ ਕੁਛ ਤੂੰ ਜ਼ਿਆਦਾ ਨਹੀਂ ਬੋਲਣ ਲੱਗ ਗਈ, ਮੇਰੀ ਅੱਖ ਨੂੰ ਗੰਦੀ ਅੱਖ ਦੱਸਦੀ ਹੈ ਤੂੰ। ਮਾੜਾ ਜਿਹਾ ਮੂੰਹ ਤੂੰ ਵੀ ਸੰਭਾਲ ਕੇ ਰੱਖ, ਮੇਰੀ ਅੱਖ ਗੰਦੀ ਨਹੀਂ ਹੋ ਸਕਦੀ, ਮੈਂ ਸਹੀ ਕਹਿ ਰਿਹਾ ਤੈਨੂੰ। ਦੇਖ ਇਸ ਘਰ ਦੇ ਵਿੱਚ ਹੁਣ ਹੋਰ ਨਹੀਂ ਤੇਰਾ ਕੋਈ ਹੈਗਾ, ਦੁੱਖ ਸੁੱਖ ਮੇਰੇ ਨਾਲ ਸਾਂਝਾ ਕਰਿਆ ਕਰ। ਅੱਛਾ ਹਾਂ, ਜ਼ਿਆਦਾ ਜਵਾਨ ਚੱਲਣ ਲੱਗ ਗਈ, ਇਹ ਜਵਾਨ ਨਹੀਂ ਚੱਲਦੀ, ਸੱਚ ਆ ਜਿਹੜਾ ਤੁਹਾਨੂੰ ਚੁੱਭਦਾ ਵਾ ਉਹ ਵੀ ਸੂਈਆਂ ਵਾਂਗੂ। ਦੇਖ ਲੈ ਕਿਵੇਂ ਜਵਾਨ ਲੜਾਉਂਦੀ ਹੈ, ਮੈਂ ਤਾਂ ਕਹਿੰਦਾ ਤੂੰ ਸਾਵਰ ਨਾਲ ਚੱਲ, ਚੁੱਪ ਕਰਕੇ ਚੱਲ, ਤੈਨੂੰ ਹਜੇ ਮੇਰੇ ਸੁਭਾਅ ਦਾ ਪਤਾ ਨਹੀਂ ਲੱਗਿਆ ਕੰਮੋ। ਸਵਾਦ ਦੀ ਗੱਲ ਛੱਡੋ, ਜਿੱਦਣ ਮੈਂ ਆਪਦੀ ਆਈ ਤੇ ਆ ਗਈ ਨਾ, ਤੁਹਾਡਾ ਆਹ ਮੂੰਹ ਨਹੀਂ ਰਹਿਣਾ। ਆ ਤੁਹਾਡੇ ਸਿਰ ਦੀ ਪੱਗ ਤੇ ਮੈਂ ਚਿੱਟੀ ਦਾੜੀ ਦਾ ਲਿਹਾਜ਼ ਕਰਦੀ ਹਾਂ ਵੀ ਤੁਸੀਂ ਸੁਧਰ ਜਾਓਗੇ, ਪਰ ਨਹੀਂ, ਮੈਨੂੰ ਲੱਗਦਾ ਤੁਸੀਂ ਸੁਧਰਨ ਵਾਲੇ ਹੈ ਨਹੀਂ ਗੇ। ਕੰਮੋ ਮੈਨੂੰ ਸੁਧਰਨ ਨੂੰ ਕਹਿਣੀ ਹੈ? ਮੈਂ ਤਾਂ ਠੀਕ ਠਾਕ ਹੈ, ਵਿਗੜੀ ਤਾਂ ਹੁਣ ਤੂੰ ਜਾਂਦੀ ਹੈ, ਸਿੱਧੇ ਰਾਹ ਤੁਰਦੀ ਤੁਰਦੀ ਹੋਰ ਹੀ ਪੁੱਠੇ ਪਾਸੇ ਬੋਲਦੀ ਤੁਰੀ ਜਾਂਦੀ ਹੈ। ਕਿ ਪੁੱਠੇ ਪਾਸੇ, ਇਹ ਤਾਂ ਨਾ ਸਮਾਂ ਦੱਸੂਗਾ, ਹਜੇ ਮੈਂ ਚੁੱਪ ਹਾਂ, ਮੈਂ ਬੋਲੀ ਨਹੀਂ। ਜਿੱਦੇ ਮੇਰੇ ਸਬਰ ਦਾ ਬੰਨ ਟੁੱਟ ਗਿਆ ਨਾ, ਉਦੇ ਤੁਹਾਨੂੰ ਪਤਾ ਲੱਗੂ ਕਿ ਕੰਮੋ ਚੀਜ਼ ਕੀ ਸੀ। ਤੁਸੀਂ ਮੈਨੂੰ ਇੰਨੀ ਕਮਜ਼ੋਰ ਨਾ ਜਾਣੋ, ਤੁਸੀਂ ਤਾਂ ਨਾ ਸਨੀ ਦੇ ਬਾਪ ਕਹਾਉਣ ਦੇ ਲਾਇਕ ਵੀ ਨਹੀਂ ਹੈਗੇ। ਹਾਂ ਤਾਂ ਮੈਂ ਸਨੀ ਦਾ ਪਿਓ ਹੀ, ਪਹਿਲਾਂ ਤੂੰ ਆਪਦੇ ਪਿਓ ਨੂੰ ਪੁੱਛ, ਜਿੱਦਾਂ ਤੇਰਾ ਪਿਓ ਵੇਖਣਾ ਸੀ ਨਾ ਉਦੇ ਮੇਰੇ ਨਾਲ ਕੀ ਕੀ ਗੱਲਾਂ ਖੋਲੀਆਂ ਸੀ, ਸਾਰੀਆਂ ਗੱਲਾਂ ਮੈਂ ਉਹਦੇ ਨਾਲ ਖੋਲੀਆਂ ਸੀ। ਪਿਓ ਨੇ ਜੋ ਮਰਜ਼ੀ ਗੱਲਾਂ ਖੋਲੀਆਂ ਹੁਣ, ਪਰ ਸਨੀ ਦਾ ਤਾਂ ਇੰਨਾ ਵੀ ਗੁਣ ਤੁਹਾਡੇ ਨਾਲ ਨਹੀਂ ਸੀ ਮਿਲਦਾ। ਮੈਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਮੇਰੇ ਸਹੁਰੇ ਹੋ। ਇਹ ਗੱਲਾਂ ਤੇ ਨਾ ਜਾ, ਮੈਂ ਕਹਿੰਦਾ ਕੰਮੋ ਤੂੰ ਜ਼ਿਆਦਾ ਨਾ ਬੋਲ, ਮੇਰਾ ਵੰਨ ਰੱਖ ਲਾ, ਤੂੰ ਤੁਰਦੀ ਲੱਗ ਇੱਥੋਂ। ਤੁਰਦੀ ਤਾਂ ਮੈਂ ਲੱਗੂੰਗੀ, ਪਰ ਮੈਂ ਇਸ ਘਰ ਚੋਂ ਨਹੀਂ ਜਾਂਦੀ, ਜਿੱਥੇ ਗਏ ਨਾ ਇਸ ਘਰ ਚੋਂ ਤੁਸੀਂ ਜਾਓਗੇ। ਕੰਮੋ ਮਰ ਗਏ ਉਹ ਕੱਤੇ ਦੀ ਬਿਮਾਰੀ 'ਚ, ਮੈਨੂੰ ਘਰੋਂ ਕੱਢਣ ਵਾਲੇ, ਘਰੋਂ ਤਾਂ ਮੈਂ ਤੈਨੂੰ ਵੀ ਨਹੀਂ ਕੱਢਦਾ, ਤੇਰੀ ਜਵਾਨ ਆ ਨਾ ਜਿਹੜੀ ਇਹ ਮੈਨੂੰ ਥੜਕਾਉਂਦੀ ਲੱਗਦੀ ਹੈ। ਇੱਕ ਗੱਲ ਸੁਣ ਲਓ ਤੁਸੀਂ ਵੀ, ਜਿਹੜਾ ਹੰਕਾਰ ਹੈ ਨਾ ਬੰਦੇ ਨੂੰ ਅਰਸ਼ੋਂ ਫਰਸ਼ 'ਤੇ ਮਾਰਦਾ, ਤੁਹਾਨੂੰ ਹਾਏ ਲੈ ਕੇ ਬਹਿ ਜੂਗੀ ਮੇਰੀ। ਬਾਕੀ ਗੱਲ ਆ ਘਰੋਂ ਕੱਢਣ ਕਢਾਉਣ ਦੀ, ਨਾਲ ਤਾਂ ਕੁਛ ਵੀ ਨਹੀਂ ਜਾਂਦਾ, ਨਾ ਮੇਰੇ ਜਾਣਾ ਤੇ ਨਾ ਤੁਹਾਡੇ, ਪਰ ਮੈਂ ਤੁਹਾਨੂੰ ਸਭ ਕੁਛ ਸਿਖਾ ਕੇ ਹਟੂੰਗੀ। ਫੜੋ ਗਲਾਸ। ਆ ਫੜ, ਗੱਲਾਂ ਮਾਰਦੀਆਂ ਗੱਲ ਸੁਣਨ ਵਾਲੇ, ਮੈਂ ਕਹਿੰਦਾ ਤੈਨੂੰ ਮੇਰੀ ਗੱਲ ਤਾਂ ਸੁਣ ਲੈ, ਮੇਰੀ ਗੱਲ ਸੁਣ ਲਓ ਤੁਸੀਂ ਨਾ, ਲਿਮਟ ਨਾ ਪਾਰ ਕਰੋ, ਇਹ ਨਾ ਹੋਵੇ ਕਿ ਮੈਨੂੰ ਰੌਲਾ ਪਾ ਕੇ ਗਲੀ ਨੂੰ ਸੱਦਣਾ ਪੈ ਜੇ। ਰੌਲਾ? ਕੰਮੋ ਮੈਂ ਕਹਿੰਦਾ ਤੈਨੂੰ ਰੌਲੇ ਦੀ ਗੱਲ ਕਰਦੀ, ਮੇਰੀ ਗੱਲ ਸੁਣ। ਮੇਰੀ ਗੱਲ ਨੀ ਸੁਣੋ। ਨਾ ਜੀ ਕੀ ਹੋਇਆ?
ਸੀਗਾ ਰੌਲਾ ਨਵੇੜਿਆ ਏ ਓਏ ਅੱਜ ਮੈਂ ਤਾਂ ਉਹਨਾਂ ਦਾ ਗਿਆ ਸੀ ਦਾਨੇ ਕੇ ਅੱਛਾ ਉਹਨਾਂ ਦੇ ਕੁੜੀ ਦਾ ਰੌਲਾ ਸੀਗਾ ਮੈਡਮ ਨਾਲ ਗੱਲ ਕਰਨ ਆਈ ਸੀ ਬਹੁਤ ਸਮਝਦਾਰ ਨੇ ਸਰਪੰਚ ਨੇ ਜੀ ਇਹ ਸੱਚ ਝੂਠ ਦਾ ਨਿਤਾਰਨ ਇੱਕ ਮਿੰਟ ਚ ਕਰ ਦਿੰਦੇ ਆ ਮੈਂ ਇਹੋ ਜਿਹਾ ਕੀ ਕਰਤਾ ਤੁਹਾਡੇ ਨਾਲ ਦੱਸੋ ਤੁਹਾਨੂੰ ਪਤਾ ਨਾ ਮੈਂ ਤੁਹਾਡੇ ਕੋਲ ਕਿੰਨੇ ਵਾਰ ਆਈ ਸੀ ਰੋਂਦੀ ਕਰ ਲਾਉਂਦੀ ਵੀ ਮੇਰੇ ਨਾਲ ਧੱਕਾ ਹੁੰਦਾ ਰਿਹਾ ਵੀ ਮੇਰਾ ਸਹੁਰਾ ਮੈਨੂੰ ਤੰਗ ਕਰਦਾ ਤੁਸੀਂ ਸਬੂਤ ਮੰਗਦੇ ਸੀ ਆਹ ਚੱਕੋ ਸਬੂਤ ਕੀ ਗੱਲ ਹੋ ਗਈ ਮੈਨੂੰ ਗੱਲ ਵੀ ਦੱਸੋ ਲਓ ਪੜ੍ਹ ਲਓ ਇਹ ਆਈ ਸੀ ਕਹਿੰਦੀ ਸੀ ਮੇਰਾ ਸਹੁਰਾ ਮੈਨੂੰ ਤੰਗ ਕਰਦਾ ਮੇਰੇ ਨਾਲ ਧੱਕਾ ਕਰਦਾ ਮੈਂ ਇਹਦੇ ਕੋਲ ਇੱਕੋ ਹੀ ਗੱਲ ਕਹੀ ਸੀ ਵੀ ਮੈਨੂੰ ਕੋਈ ਪ੍ਰੂਫ ਚਾਹੀਦਾ ਹੋਰ ਤਾਂ ਕੁਛ ਨਹੀਂ ਲੈ ਮੈਂ ਤੈਨੂੰ ਕੀ ਕਹਾਂ ਗੱਲ ਬਚਾ ਲਿਆ ਤੂੰ ਸਰਪੰਚ ਨਹੀਂ ਆ ਇਹਦੇ ਕਾਹਦੇ ਪ੍ਰੂਫ ਹੁੰਦੇ ਆ ਜੇ ਕੋਈ ਗੱਲ ਇਹ ਨਹੀਂ ਦੱਸੀ ਤੇਰੇ ਜਾ ਕੇ ਗੱਲ ਹੱਕ ਮੰਨਦਾ ਸੀ ਇਹਦੇ ਨਾਲ ਗੱਲ ਕਰਦੀ ਜਾ ਕੇ ਨਾਲੇ ਜਿਹੜੀਆਂ ਇਹ ਗੱਲਾਂ ਕਰਦੀਆਂ ਨਾ ਜੀ ਇਹ ਸਭ ਝੂਠ ਹੈ ਮੈਂ ਇਹੋ ਜਿਹੀ ਗੱਲ ਕਰਦਾ ਪਰ ਜਦੋਂ ਕੁੜੀ ਇਹਦੇ ਕੋਲ ਆਈ ਹੈ ਇਹਦਾ ਹੱਕ ਮੰਨਦਾ ਛੋਟੇ ਕੋਲ ਜਾਣ ਦਾ ਚਾਹੇ ਸੱਚ ਹੈ ਚਾਹੇ ਝੂਠ ਫਿਰ ਹੀ ਪਤਾ ਲੱਗਦਾ ਗੱਲ ਦਾ ਤੂੰ ਗਈ ਕਿਉਂ ਨਹੀਂ ਬਈ ਤੂੰ ਮੇਰੇ ਕੋਲ ਦੱਸਦੀ ਸਰਪੰਚ ਸਾਹਿਬ ਜੀ ਤੁਸੀਂ ਆਪ ਸਮਝੋ ਅੱਜ ਕੱਲ ਕਾਨੂੰਨ ਵੀ ਹਰ ਇੱਕ ਗੱਲ ਦਾ ਪ੍ਰੂਫ ਭਾਲਦਾ ਹੈ ਐਵੇਂ ਥੋੜੀ ਹੈਗਾ ਹੁਣ ਤੁਰੇ ਫਿਰਾਂਗੇ ਆਪਾਂ ਇਹਨਾਂ ਦੇ ਤੁਸੀਂ ਇੱਕ ਔਰਤ ਹੋ ਕੇ ਨਾ ਗਲਤ ਹੈ ਪ੍ਰੂਫ ਨਹੀਂ ਉਹ ਵੀ ਇੱਕ ਕਹਿੰਦੇ ਨੇ ਮਾਰ ਦਿੱਤੀ ਆ ਤੇਰਾ ਹੱਕ ਬਣਦਾ ਸੀ ਨਾਲੇ ਹਜੇ ਬੰਦਾ ਸੋਚੇ ਨਾ ਸੋਚੇ ਔਰਤ ਤਾਂ ਪਹਿਲਾਂ ਸੋਚਦੀ ਹੁੰਦੀ ਆ ਹਾਂਜੀ ਮੈਂ ਤੁਹਾਡੀ ਗੱਲ ਸਮਝ ਗਈ ਮੈਂ ਤਾਂ ਕਾਨੂੰਨ ਇਹਨਾਂ ਨੇ ਜੀ ਸਬੂਤ ਮੰਗਿਆ ਸੀ ਮੇਰੇ ਤੇ ਨਾ ਦਿਨੋ ਦਿਨ ਮੇਰੇ ਨਾਲ ਧੱਕਾਸ਼ਾਹੀ ਹੁੰਦੀ ਰਹੀ ਆ ਸਬੂਤ ਹਾਂ ਮੈਂ ਪ੍ਰੈਗਨੈਂਟ ਆ ਮਾਂ ਬਣਨ ਵਾਲੀ ਹਾਂ ਦੱਸੋ ਮੈਨੂੰ ਕਿੱਥੇ ਜਮਾ ਕਰੋ ਇਨਸਾਫ ਹੁਣ ਚਲੋ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਤੁਹਾਡਾ ਤਾਂ ਕੋਈ ਗੱਲ ਨਹੀਂ ਕਹਿ ਕੇ ਸਰ ਗਿਆ ਮੇਰੀ ਗੱਲ ਸੁਣੋ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਗੱਲ ਕਰਦੀ ਹਾਂ ਕਿਹੜਾ ਕਾਨੂੰਨ ਕਿਹੜਾ ਕਾਨੂੰਨ ਪਾ ਦਿਓ ਤੁਸੀਂ ਹੋਊਗਾ ਹੋਊਗਾ ਮੈਨੂੰ ਲੱਗਦਾ ਮੈਨੂੰ ਤੇਰਾ ਲੜਨਾ ਪਊਗਾ ਚਲੋ ਕਿਹੜੇ ਕਾਨੂੰਨ ਦੀ ਤੁਸੀਂ ਮੇਰੀ ਜਗ੍ਹਾ ਹੁੰਦੇ ਤੇ ਮੈਂ ਤੁਹਾਡੀ ਜਗ੍ਹਾ ਬਹਿ ਕੇ ਗੱਲ ਕਰਦੀ ਇੱਕ ਮਿੰਟ ਪੁੱਤ ਮੈਨੂੰ ਗੱਲ ਕਰਨ ਦੇ ਆਹ ਜਿਹੜਾ ਤੂੰ ਕੰਮ ਕਰਿਆ ਨਾ ਬਹੁਤ ਗਲਤ ਕੀਤਾ ਜਦੋਂ ਕੁੜੀ ਆਈ ਤੇਰਾ ਹੱਕ ਬਣਦਾ ਸੀ ਜਾ ਕੇ ਗੱਲ ਕਰਨ ਦਾ ਕੀ ਗੱਲ ਆ ਭਾਈ ਮੇਰੇ ਕੋਲ ਰਾਸਤਾ ਹੀ ਹੈ ਤੇਰੀ ਤੂੰ ਮੇਰੇ ਕੋਲ ਦੱਸ ਦਿੰਦੀ ਮੈਂ ਬਗ ਜਾਂਦਾ ਤੂੰ ਮੇਰੇ ਕੋਲ ਕਿਉਂ ਦੱਸੇ ਗੱਲ ਇਹ ਨਹੀਂ ਸਰਪੰਚ ਸਾਹਿਬ ਜੀ ਸਾਨੂੰ ਐ ਹੋ ਗਿਆ ਨਾ ਵੀ ਕੋਈ ਪ੍ਰੂਫ ਤਾਂ ਹੈ ਨਹੀਂ ਘਰੇ ਜਾ ਕੇ ਵੀ ਕੀ ਕਰਾਂਗੇ ਤੇ ਨਾਲੇ ਸਿਆਣੇ ਵੇਲੇ ਨੂੰ ਕੀ ਦੱਸਾਂ ਲਾਵਾਂਗੇ ਜੀ ਐ ਸਮਝੋ ਉਹ ਵੀ ਤੁਹਾਡੀ ਉਮਰ ਤੋਂ ਹੋ ਹੈਗਾ ਵੱਡਾ ਹੈਗਾ ਹੁਣ ਮੈਂ ਇਹਦੇ ਗੱਲ ਪੈ ਜਾਂਦੀ ਫਿਰ ਇਹਨਾਂ ਨੇ ਵੀ ਇਹੀ ਗੱਲ ਕਹਿਣੀ ਸੀ ਹਾਂ ਭਾਈ ਮੂੰਹ ਚੱਕ ਕੇ ਆ ਗਈ ਕੀ ਪ੍ਰੂਫ ਹੈ ਤੇਰੇ ਕੋਲੇ ਪ੍ਰੂਫ ਸਾਡੇ ਕੋਲ ਇਹੀ ਹੈ ਭਾਈ ਸਾਨੂੰ ਇਹ ਕਹਿੰਦੀ ਹੈ ਕਿਉਂ ਕਹਿੰਦੀ ਹੈ ਮੈਂ ਕਿਹਾ ਸੀ ਜੀ ਮੈਂ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ ਬੈਠੀ ਹਾਂ ਪ੍ਰੂਫ ਇਹ ਪ੍ਰੂਫ ਹੀ ਨਹੀਂ ਸੀਗਾ ਚਲੋ ਕੋਈ ਗੱਲ ਨਹੀਂ ਇਸ ਗੱਲ ਦੀ ਮੈਂ ਤੁਹਾਡੇ ਤੋਂ ਓਏ ਹੁਣ ਕੀ ਗੱਲ ਮੰਨਦੀ ਆ ਗਲਤੀ ਮੈਂ ਆਏ ਓ ਰੱਬਾ ਚਲੋ ਅਗਲੀ ਕਾਰਵਾਈ ਤੁਸੀਂ ਜਿਹੜੀ ਗੱਲ ਕਰਨੀ ਆ ਉਹ ਕਰ ਤਾ ਕਾਰਵਾਈ ਕਰ ਤੇ ਨਾ ਕਰ ਉਹ ਤਾਂ 3 ਮਹੀਨੇ ਦੀ ਮੈਂ ਤਾਂ ਬਸ ਹਰਮ ਆਉਂਦੀ ਕਹਿੰਦੇ ਨੂੰ ਆ ਤੂੰ ਬੇਕਰ ਸਿਆ ਮੈਂ ਇਹ ਕੰਮ ਤਾਂ ਹੀ ਕੀਤਾ ਜੇ ਮੈਂ ਆਪਦਾ ਘਰ ਵਸਾਉਣਾ ਸੀ ਲੈ ਸੁਣ ਲਾ ਹਾਂ ਮੈਨੂੰ ਕੀ ਲੋੜ ਪਈ ਸੀ ਪੁੱਤ ਮੇਰਾ ਮਰ ਗਿਆ ਘਰ ਵਾਲੀ ਮੇਰੀ ਮਰ ਗਈ ਤੇ ਐਡਾ ਵੱਡਾ ਘਰ ਤੇ 35 ਕਿੱਲੇ ਜ਼ਮੀਨ ਦੇ ਉਹ ਕਿੱਧਰ ਸਿੜਦਾ ਤੇ ਨਾਲੇ ਇਹ ਕਿੱਥੇ ਜਾਂਦੀ ਇਹ ਕਿਤੇ ਜਾਂਦੀ ਨਾ ਜਾਂਦੀ ਜੇ ਤੂੰ ਆਹੀ ਕਰਨਾ ਸੀ ਆਹਦਾ ਹੋਰ ਵਿਆਹ ਕਰਾਉਣ ਦਾ ਇਹ ਤਾਂ ਤੇਰੀ ਫਿਰ ਵੀ ਧੀ ਲੱਗਦੀ ਹੈ ਨੂੰਹ ਤੇ ਧੀ 'ਚ ਕੋਈ ਫਰਕ ਨਹੀਂ ਹੁੰਦਾ ਆਹ ਤਾਂ ਤੂੰ ਗੱਲ ਸੋਚਣੀ ਸੀ ਅਸੀਂ ਤਾਂ ਇੰਨਾ ਭੋਲਾ ਸਮਝਦੇ 35 ਕਿੱਲੇ ਕਿਹਨੇ ਲੈ ਕੇ ਜਾਣੇ ਸੀਗੇ ਮੈਂ ਤੁਹਾਡੇ ਅੱਗੇ ਇੱਕੋ ਹੀ ਰਿਕੁਐਸਟ ਕਰਦੀ ਹੁੰਦੀ ਸੀ ਵੀ ਬਾਪੂ ਜੀ ਮਾੜਾ ਮੋਟਾ ਸਮਝ ਜਾਓ ਸਮਝਿਓ ਪਰ ਤੁਸੀਂ ਮੇਰੀ ਜ਼ਿੰਦਗੀ ਤਾਂ ਨਾ ਕੰਮ ਵਾਲੀਆਂ ਨਾਲੋਂ ਵੀ ਭੈੜੀ ਬਣਾਤੀ ਘਰੇ ਨਹੀਂ ਕੱਲ ਨੂੰ ਜਵਾਬ ਪੁੱਛੂਗਾ ਵੀ ਮੈਂ ਕੀਤਾ ਕੀ ਦੱਸੂਗੇ ਇਹ ਗਾਹਾਂ ਕੱਲ ਨੂੰ ਇਹ ਜਾਣ ਜੋਗਰੀ ਹੈਗੀ ਆ ਮਾੜਾ ਮੋਟਾ ਸੋਚਦਾ ਸਰਪੰਚ ਸਾਹਿਬ
ਸਾਡਾ ਤਾਂ ਪੀੜੀ ਖਤਮ ਹੋ ਗਈ ਤੇ ਹੁਣ ਸਾਡੀ ਪੀੜੀ ਤਾਂ ਚੱਲਦੀ ਰਹੂ। ਅਜੇ ਪੀੜੀ ਨੂੰ ਮਾਰ ਦੇਈ, ਇਹ ਕਿਹੜੀ ਪੀੜੀ ਹੈ? ਮੈਂ ਤੇਰੇ ਦਾ ਜਮੀ ਹੱਥ ਆ ਦੇ ਬੱਕਰਾ, ਤੂੰ ਕਹਿ ਰਿਹਾ ਕੀ ਹੈ? ਸਰਪੰਚ ਸਾਹਿਬ ਗੁੱਸੇ ਚ ਨਾ ਆਓ, ਗੁੱਸੇ ਜਾਣ ਗੱਲ ਨੂੰ ਗੁੱਸੇ ਆ ਰਹੀ ਹੈ ਬਿੱਕਰ। ਅਜੇ ਤੂੰ ਪੀੜੀ ਭਾਵਨਾ, ਅਜੇ ਪੀੜੀ ਦਾ ਉਹਦਾ ਮੁੰਡਾ ਹੀ ਨਹੀਂ ਚੰਗਾ ਗਾ, ਹਜੇ ਤੂੰ ਬਾਈ ਕਹਿਨੀ ਹੈ ਹੁਣ ਜੇ ਇੰਨਾ ਵਿਸ਼ਵਾਸ ਕਰਿਆ ਸੀ ਇਹਦੇ ਸਾਰੀ ਉਮਰ ਅਗਲਾ ਕੀ ਕਹੂਗਾ? ਸੋਚੀਏ ਤੂੰ ਜੇ ਤੂੰ ਵਿਆਹ ਕਰਾਉਣੇ ਨਹੀਂ ਜਿਵੇਂ ਹੋਰ ਵੀ ਆ ਜਾਂਦਾ, ਉਹ ਗੱਲ ਨਹੀਂ ਸੋਚੀ ਤੂੰ। ਸਰਪੰਚ ਸਾਹਿਬ ਹੁਣ ਕੀ ਹੋ ਗਿਆ? ਹੁਣ ਸਾਰੀ ਗੱਲ ਨਿਬੜੀ ਖੜੀ ਹੈ, ਤੁਸੀਂ ਪਿੰਡ ਦੇ ਬੰਦੇ ਇਕੱਠੇ ਹੋ ਕੇ ਸਾਡੇ ਆਨੰਦ ਕਰਵਾ ਦਿਓ। ਬਸ ਨਿਕਲਾ, ਤੂੰ ਗੱਲਾਂ ਕਰਿਆ ਕਰੀ ਨਾਲ, ਤੂੰ ਗੱਲ ਨੂੰ ਗੱਲ ਨਹੀਂ ਸਮਝਦਾ। ਜਮੀ ਸੰਗ ਲੈ ਗਈ ਆਹ ਗੱਲ ਕੋਈ ਮਾੜੀ ਮੋਟੀ ਹੈ, ਕਮਾਲ ਕਰੀਏ ਨਾ, ਹਜੇ ਕਿਹਾ ਹਜੇ ਕੀ ਹੋ ਗਿਆ, ਹਜੇ ਕੁਛ ਹੋਇਆ ਨੀਗਾ। ਸਰਪੰਚ ਸਾਹਿਬ ਇਹ ਬੰਦੇ ਨੂੰ ਤਾਂ ਨਾ ਅਣਖ ਸ਼ਰਮ ਹੈ ਹੀ ਨੀਗੀ, ਤੂੰ ਮੇਰੇ ਨਾਲ ਖੜ ਕੇ ਗੱਲ ਕਰ ਰਿਹਾ। ਸਰਪੰਚ ਸਾਹਿਬ ਹੁਣ ਮੈਂ ਕੀ ਗੱਲ ਕਰਨੀ ਹੈ? ਮੈਂ ਤਾਂ ਜਿਹੜੀ ਢਿੱਡ ਦੀ ਗੱਲ ਸੀ ਸੁਣੂ ਦਾ। ਬਿਕਰਾ ਇਹ ਜਿਹੜਾ ਤੂੰ ਕੰਮ ਕੀਤਾ ਨਾ ਬਹੁਤ ਗਲਤ ਕੀਤਾ, ਹੁਣ ਤੂੰ ਮੇਰੀ ਗੱਲ ਸੁਣ ਲਾ। ਇਹਨਾਂ ਦਾ ਚਾਹੇ ਜਿਹੜੀ ਗਲਤੀ ਕਰਨੀ ਕਰ ਲਈ, ਮੇਰਾ ਫੈਸਲਾ ਇਹ ਆ ਤੂੰ ਇਸ ਪਿੰਡ 'ਚ ਨਹੀਂ ਰਹਿ ਸਕਦਾ। ਸਰਪੰਚ ਸਾਹਿਬ ਇਹ ਕੰਮ ਨਾ ਕਰੋ, ਇਹ ਤਾਂ ਹੁਣ ਹੋਊਗਾ। ਮੈਂ ਤੈਨੂੰ ਦੱਸਦੀ ਗੱਲ, ਆਹਦਾ ਚੁੱਪ ਕਰਕੇ ਵੱਜ ਜਾ, ਨਹੀਂ ਪਿੰਡ ਦਾ ਕੱਠ ਹੋ ਬੇਇੱਜ਼ਤੀ ਹੋਊਗੀ। ਚੁੱਪ ਕਰਕੇ ਕੋਟਾ ਕੋਟਾ ਨਿਕਲ ਜਾ, ਨਹੀਂ ਤੈਨੂੰ ਪਤਾ ਮੈਂ ਤੈਨੂੰ ਦੱਸਦਾ ਗੱਲ ਸਰ, ਨਿਕਲ ਜਾ ਨਿਕਲ ਜਾ ਬਸ। ਹਾਂ ਹਾਂ ਤੂੰ ਦੱਸ ਹੁਣ ਤੇਰੇ ਨਾਲ ਮੈਂ ਕੀ ਕਰਾਂ, ਤੂੰ ਆਹ ਗਲਤੀ ਬਹੁਤ ਵੱਡੀ ਕੀਤੀ ਆ। ਬਸ ਮੈਂ ਹੁਣ ਕੁਛ ਨਹੀਂ ਕਹਿ ਸਕਦੀ। ਬਹਿ ਜਾ ਪੁੱਤ, ਬਹਿ ਕੇ ਗੱਲ ਕਰਦੇ ਆ। ਮੈਂ ਤੁਹਾਨੂੰ ਕੀ ਕਹਾਂ, ਤੁਸੀਂ ਇੱਕ ਔਰਤ ਹੋ ਕੇ ਨਾ ਮੇਰਾ ਦਰਦ ਨਹੀਂ ਸਮਝ ਸਕੇ। ਔਰਤ ਤਾਂ ਔਰਤ ਦੀਆਂ ਅੱਖਾਂ ਚੋਂ ਪੜ ਲੈਂਦੀ ਆ ਕਿ ਉਹਨੂੰ ਕੀ ਤਕਲੀਫ ਆ। ਇਹ ਛੋਟੀ ਨਹੀਂ, ਹੁਣ ਤੈਨੂੰ ਕੀ ਕਹਾਂ, ਬਾਹਲੀ ਵੱਡੀ ਗਲਤੀ ਕਰਦੀ ਤੂੰ। ਅੱਜ ਇਹ ਕੀ ਕਹੂਗਾ ਇਹਨੂੰ, ਐਂ ਤਾਂ ਸੋਚ ਮਾਣਾ ਮੁੰਡਾ, ਕੀ ਕਹੂ ਕਿਰਾ? ਤੂੰ ਇਹ ਤੇਰੇ ਕੋਲ ਆਈ ਸੀ, ਕਿਰਾ ਇਹਨੂੰ ਤੇਰਾ ਹੱਕ ਬਣਦਾ, ਚੱਲ ਭਾਈ ਮੈਨੂੰ ਲੈ ਕੇ ਚੱਲ, ਮੈਂ ਗੱਲ ਕਰ ਕਿਰਾ ਜਾ ਕੇ ਤੂੰ ਬਿੱਤਰ ਸਿਉਣ ਗੱਲ ਕਰਦੀ, ਭਾਈ ਤੇਰੀ ਨੂੰਹ ਇਹ ਗੱਲ ਕਹੀ ਸਹੀ ਹੈ ਸੱਚ? ਉਹ ਤਾਂ ਆਪ ਹੀ ਮੈਨੂੰ ਨਹੀਂ ਜਾਂਦਾ ਗਾ। ਬਸ ਸਾਡੇ ਵੀ ਅੱਖਾਂ ਦੇ ਪੱਟੀ ਵੱਜ ਗਈ ਸੀਗੀ, ਪੱਟੀ ਤਾਂ ਸਰਪੰਚ ਸਾਹਿਬ ਉਹ ਜੋ ਹੋ ਗਿਆ ਹੋ ਗਿਆ, ਹੁਣ ਮੈਂ ਕਿੱਧਰ ਜਾਵਾਂ? ਉਸ ਬੰਦੇ ਤੇ ਮੈਂ ਰੱਬ ਜਿੰਨਾ ਵਿਸ਼ਵਾਸ ਕਰਦਾ ਸੀ, ਪਤਾ ਨਹੀਂ ਉਹਦੇ ਦਿਮਾਗ ਤੇ ਕੀ ਸੀ। ਅਸੀਂ ਵੀ ਇਹੀ ਸੁਣ ਕੇ ਰੱਬ ਜਿੰਨਾ ਵਿਸ਼ਵਾਸ ਕੀਤਾ ਸੀ ਵੀ ਹੋ ਨਹੀਂ ਸਕਦਾ ਇਹ, ਹੋ ਤਾਂ ਨਹੀਂ ਸਕਦਾ, ਠੀਕ ਹੈ ਨਾ? ਇਹ ਵਿਸ਼ਵਾਸ ਕਰਕੇ ਤਾਂ ਅਸੀਂ ਨਹੀਂ ਗੰਗਾ ਸਰਪੰਚ ਸਾਹਿਬ ਜੀ, ਅਸੀਂ ਇਹਨੂੰ ਝੂਠੀ ਪਾਤਾ। ਉਹ ਝੂਠੀ ਤਾਂ ਪਾਤਾ ਇਹਨੂੰ ਕਿਹੜਾ ਕਹਿੰਦੇ ਭਾਈ, ਗੱਲ ਸਹੀ ਹੋਣੀ ਚਾਹੀਦੀ ਆ। ਜਦੋਂ ਇਹ ਕੁੜੀ ਕਹਿੰਦੀ ਮੈਂ ਸਹੀ ਹੈ ਗੱਲ, ਤੇ ਫਿਰ ਲੈ ਕੇ ਚੱਲ ਤੇ ਉਹਨੂੰ ਪੁੱਛਦੇ ਭਾਈ ਆਹ ਖੜਿਆ ਸਬੂਤ, ਜੇ ਸਬੂਤ ਕਹਿੰਦਾ ਗਲਾ ਭਾਈ ਕਿਉਂ ਕਹਿੰਦੀ ਹੈ? ਮੈਨੂੰ ਪਤਾ ਕੀ ਕਹਿੰਦਾ ਸੀ, ਤੂੰ ਟੌਹਰ ਨਹੀਂ ਲਾਉਂਦੀ ਨਾ, ਮੈਨੂੰ ਇਹ ਦੱਸੋ ਜਦੋਂ ਮੇਰੇ ਨਾਲ ਜਿਉਣ ਵਾਲੇ ਤੁਰ ਗਿਆ, ਮੈਂ ਕਿਹਦੇ ਖਾਤਰ ਆਰ ਸ਼ਿੰਗਾਰ ਕਰਾਂ? ਮੈਨੂੰ ਪਤਾ ਕਿੰਨਾ ਟੌਰਚਰ ਕੀਤਾ ਇਹ ਇਨਸਾਨ ਨੇ, ਢਿੱਡ 'ਚ ਬੇਈਮਾਨਾ ਸੀਗਾ। ਹੁਣ ਅਸੀਂ ਤੁਹਾਡੀ ਗੱਲ ਸਮਝ ਚੁੱਕੇ। ਦੇਖ ਕੁੜੀਏ ਮੈਂ ਦੱਸਦਾ ਤੈਨੂੰ, ਮੈਂ ਇਹਦਾ ਤੂੰ ਮਾਫੀ ਮੰਗ ਲੈਣਾ, ਕੰਮ ਤਾਂ ਜਿਹੜਾ ਹੋਇਆ ਨਾ ਬਹੁਤ ਗਲਤ ਹੋਇਆਗਾ। ਨਹੀਂ ਨਹੀਂ ਸਰਪੰਚ ਸਾਹਿਬ ਹੱਥ ਨਾ ਜੋੜੋ, ਹੱਥ ਜੋੜਨੇ ਪੈਣਗੇ, ਇਹ ਮੇਰੇ ਪੈਰੋਂ ਹੀ ਹੋਇਆਗਾ, ਮੇਰੇ ਪੈਰੋਂ ਵੀ ਹੋ ਗਿਆ ਕੁਛ ਨਾ ਕੁਛ, ਚਾਹੇ ਭਾਵੇਂ ਇਹਨੇ ਕੀਤਾਗਾ, ਕਿਉਂ ਦਾਗਤਾਂ ਕਿਤੇ ਨਾ ਕਿਤੇ ਸਾਡੀ ਬਹੁਤ ਵੱਡੀ ਗਲਤੀ ਹੋਈ ਹੈ। ਪਰ ਇੱਕ ਗੱਲ ਮੈਂ ਕਹਿਣਾ ਗਾ, ਤੂੰ ਇਸੇ ਪਿੰਡ 'ਚ ਹੀ ਰਹੇਗੀ। ਨਹੀਂ ਸਰਪੰਚ ਸਾਹਿਬ, ਮੈਂ ਤਾਂ ਇੱਥੋਂ ਸਭ ਕੁਝ ਵੇਚ ਕੇ ਨਾ ਇਕੱਲੀ ਕਿਸੇ ਆਸ਼ਰਮ 'ਚ ਜਾ ਕੇ ਬਹਿ ਜਾਊਂ, ਬੱਚਾ ਪਾਲ ਲੂੰਗੀ, ਮੈਂ ਨਹੀਂ ਰਹਿ ਸਕਦੀ ਇੱਥੇ। ਦੇਖ ਭਾਈ ਜਿਹੜੀ ਮਰਜ਼ੀ ਹੈ ਬਗ ਜੀ, ਇਹ ਕੰਮ ਨਹੀਂ ਕਰਨਾ ਆਪਾਂ। ਇੱਕ ਮਿੰਟ, ਮੈਂ ਉਹਨੂੰ ਕੀਦਾ ਨਾਂ ਦਊਂ, ਕੀ ਦੱਸੂ ਤੇਰਾ ਬਾਪ ਕੌਣ ਆ? ਮੈਂ ਦੱਸਦਾ ਤੈਨੂੰ ਕੀ ਦੱਸੂਗੀ, ਦੇਖ ਉਹਨੂੰ ਆਪਾਂ ਜਦੋਂ ਕਹੀ ਦਿੱਤਾ ਇਸ ਪਿੰਡ 'ਚ ਆਪਾਂ ਨੂੰ ਰਹਿਣ ਨਹੀਂ ਦਿੰਦੇ, ਜਿਹੜੀ ਜ਼ਮੀਨ ਜਾਇਆ ਤਾਂ ਤੇਰੇ ਨਾਂ ਕਰਾਵਾਂਗੇ ਸਾਰੀ, ਠੀਕ ਹੈ? ਬਾਕੀ ਇਸ ਰਹੀ ਗੱਲ ਨਾਮ ਦੀ, ਨਾਮ ਤੇਰੇ ਘਰ ਵਾਲਾ ਦੇਵਾਂਗੇ ਉਹਨੂੰ। ਇਹ ਪਿੰਡ 'ਚ ਮੈਂ
ਇਕੱਠ ਕਰੂੰਗਾ ਪੂਰਾ, ਆਪਾਂ ਤੇਰੇ ਬੱਚੇ ਨੂੰ ਨਾਮ ਤੇਰੇ ਘਰ ਵਾਲੇ ਦਾ ਦੇਵਾਂਗੇ। ਇਹ ਮੇਰਾ ਤੇਰੇ ਨਾਲ ਦਾਅਵਾ ਰਿਹਾ ਵੀ ਕੱਲ੍ਹ ਨੂੰ ਉਹਨੂੰ ਕੋਈ ਉਹ ਇਹ ਨਹੀਂ ਕਹਿੰਦਾ। ਆਹ ਸਹੁਰੇ ਵਾਲਾ ਬੇਰਬਾ ਤਾਂ ਵਿੱਚ ਆਉਂਦੇ ਨੀਗਾ ਵੀ ਉਹਨੇ ਇਹੋ ਜਿਹੀ ਕਦੂਤ ਕਰੀ ਹੈ। ਇਹ ਕੰਮ ਤਾਂ ਹੋ ਗਿਆ ਗਲਤ, ਮੈਂ ਅਬੋਰਸ਼ਨ ਵੀ ਕਰਵਾ ਦਿੰਦੀ। ਇਹਦਾ ਵਿਚਾਰੇ ਦਾ ਕੀ ਕਸੂਰ ਹੈ ਜਿਹੜਾ ਦੁਨੀਆਂ ਤੇ ਆਇਆ ਹੀ ਨੀਗਾ। ਬਸ ਅਸੀਂ ਸਾਡੀ ਵੀ ਅੱਖਾਂ ਦੀ ਪੱਟੀ ਵੱਜ ਗਈ ਸੀ। ਅਸੀਂ ਸੋਚਿਆ ਸੀ ਵੀ ਸਿਆਣਾ ਵੇਣਾ ਇਹੋ ਜਿਹਾ ਕੰਮ ਕਦੇ ਕਰ ਸਕਦਾ। ਕਿਤੇ ਤਾਂ ਗੱਲ ਕਰ ਦਿੰਦੇ ਵੀ ਫਲਾਣੇ ਆਏ ਸੀ ਉਹ ਐਂ ਕਹਿੰਦੇ ਸੀ, ਮੈਂ ਕੁਛ ਨਾ ਕੁਛ ਸੋਚ ਲੈਂਦਾ। ਬਸ ਹੁਣ ਤਾਂ ਮੈਂ ਚਲੋ ਜੀ ਮਾਫੀ ਮੰਗਦਾ, ਬਾਕੀ ਜੋ ਬਣਦੀ ਕਾਰਵਾਈ ਕਰ ਲਿਓ। ਬਸ ਕਾਰਵਾਈ ਤਾਂ ਇਹੀ ਅਧੀ ਹੈ, ਚਲ ਜਿਹੜੀ ਗਲਤੀ ਹੋ ਗਈ ਹੋ ਗਈ, ਪਰ ਮੈਂ ਤਾਂ ਤੁਹਾਨੂੰ ਮਾਫੀ ਮੰਗ ਲੈਣਾ। ਪਰ ਤੂੰ ਪਿੰਡ ਛੱਡ ਕੇ ਨਾ ਜਾਈ, ਤੂੰ ਇਸੇ ਪਿੰਡ ਦੀ ਧੀ ਆ। ਬਸ ਮੈਂ ਤੁਹਾਨੂੰ ਦੱਸਦਾ ਗੱਲ, ਤੂੰ ਮੈਨੂੰ ਵੀ ਮਾਫ ਕਰ ਦੇ, ਤੂੰ ਭੈਣ ਬਣ ਕੇ ਪਿੰਡ ਛੱਡ ਕੇ ਨਾ ਜਾ, ਤੂੰ ਇਸੇ ਪਿੰਡ 'ਚ ਵਸੇਂਗੀ ਤੇ ਮੈਂ ਤੇਰਾ ਸੀ ਨਾ ਪੂਰਾ ਸਾਥ ਦਵਾਂਗੀ। ਕੋਈ ਗੱਲ ਨਹੀਂ, ਤੇ ਪਰ ਹੁਣ ਵਿਕਰ ਨਹੀਂ ਇਸ ਪਿੰਡ 'ਚ ਰਹਿੰਦਾ। ਮੇਰੇ ਨਾਲ ਤਾਂ ਜੋ ਹੋ ਗਿਆ ਠੀਕ ਆ, ਪਰ ਮੈਂ ਸਾਰੀਆਂ ਔਰਤਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਜੋ ਕਿਸੇ ਵੀ ਅਹੁਦੇ ਤੇ ਬੈਠੀਆਂ ਨੇ ਵੀ ਜੇ ਕੋਈ ਔਰਤ ਦੁਖੀ ਹੁੰਦੀ ਆ ਨਾ ਉਹਦੀ ਅੱਗੇ ਹੋ ਕੇ ਹੈਲਪ ਕਰੋ। ਕੋਈ ਮੇਰੇ ਵਾਂਗੂ ਦੁਖੀ ਨਾ ਹੋਵੇ, ਕਿਉਂਕਿ ਜੇ ਔਰਤ ਦੀ ਬੈਰਨ ਬਣ ਗਈ ਤਾਂ ਇਹ ਸਮਾਜ ਦੇ ਵਿੱਚ ਔਰਤ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੂਗੀ। ਸਹੀ ਗੱਲ ਹੈ ਕਮਾ। ਚਲੋ ਠੀਕ ਹੈ ਜੀ, ਅਸੀਂ ਚੱਲਦੇ। ਚਲੋ ਐਕਸ਼ਨ। ਹਾਂਜੀ ਦੋਸਤੋ, ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਆਪਣੀ ਤੁਸੀਂ ਹੁਣੇ ਹੁਣੇ ਵੀਡੀਓ ਵੇਖ ਕੇ ਹਟੇ ਹੋ, ਮਤਲਬ ਕਿ ਇੱਕ ਵੀਡੀਓ ਇੱਕ ਮਤਲਬ ਕਿ ਲੇਡੀਜ਼ ਦੇ ਜਿਹੜਾ ਜੀਵਨ ਆ ਉਹਦੇ ਆਧਾਰ ਤੇ ਸੀ, ਬਾਕੀ ਸਾਰਾ ਕੁਝ ਤੁਸੀਂ ਵੀਡੀਓ 'ਚ ਦੇਖਿਆ, ਉਹ ਅੰਕਲ ਤੁਹਾਨੂੰ ਵਿਸਥਾਰ ਨਾਲ ਦੱਸਣਗੇ। ਜਿਹੜੀ ਅਸੀਂ ਵੀਡੀਓ ਬਣਾਏ ਆ ਕੋਈ ਅਸੀਂ ਇਹ ਜਾਣ ਬੁੱਝ ਕੇ ਨਹੀਂ ਬਣਾਈ, ਇਹ ਇੱਕ ਹਕੀਕਤ ਆ। ਇਹ ਅੱਜ ਕੱਲ੍ਹ ਜਿਹੜਾ ਸਮਾਂ ਚੱਲਦਾ ਨਾ, ਇਸ ਸਮੇਂ 'ਤੇ ਇਹੋ ਜਿਹਾ ਕੁਝ ਹੋ ਜਾਂਦਾ ਗਾ, ਅਤੇ ਜਿਹੜਾ ਇਹਦੇ ਵਿੱਚ ਰੋਲ ਕਰਿਆਗਾ ਆ ਬਿਕਰ ਸਿੰਘ ਨੇ, ਇਹ ਇਹਦੀ ਧੀ ਹੈਗੀ, ਅਤੇ ਸਾਨੂੰ ਰੋਲ ਕਰਨਾ ਪੈਂਦਾ, ਕਿਸੇ ਬੰਦੇ ਨੂੰ ਹਰ ਇੱਕ ਰੋਲ ਕਰਨਾ ਪੈਂਦਾ। ਜੇ ਆਪਾਂ ਰੋਲ ਕਰਾਂਗੇ ਫਿਰ ਤੁਹਾਡੇ ਕੋਲ ਆਪਾਂ ਦਿਖਾ ਸਕਾਂਗੇ। ਇਹਦੇ ਵਿੱਚ ਮਤਲਬ ਇਹ ਨਹੀਂ ਗਾ ਵੀ ਵਿਕਰ ਗਲਤ ਹੋ ਗਿਆ, ਵੀ ਸਾਨੂੰ ਸਾਰੇ ਰੋਲ ਕਰਨੇ ਪੈਂਦੇ ਆ। ਹਾਂਜੀ, ਅਸੀਂ ਆਰਟਿਸਟ ਆ, ਇੱਕ ਆਰਟਿਸਟ ਨੂੰ ਜਿੱਦਾਂ ਦਾ ਮਰਜ਼ੀ ਰੋਲ ਦੇ ਦਿਓ ਹਨਾ, ਉਹਨੂੰ ਨਿਭਾਉਣਾ ਪੈਂਦਾ, ਕਿਉਂਕਿ ਉਹ ਆਰਟਿਸਟਿਕ ਆਦਾ। ਜੇ ਅਗਲਾ ਕਹਿ ਦੂ ਵੀ ਮੈਂ ਤਾਂ ਮਾੜਾ ਕਿਰਦਾਰ ਨਹੀਂ ਕਰਨਾ, ਕਿਉਂਕਿ ਬਾਪੂ ਜੀ ਕਹਿ ਰਹੇ ਸੀ ਕਹਿੰਦੇ ਬੇਟੇ ਵੀ ਮੈਂ ਤੁਹਾਡੇ ਨਾਲ ਕਿਵੇਂ ਸੀਨ ਕਰਾਂ, ਵੀ ਮੈਨੂੰ ਸ਼ਰਮ ਆਉਂਦੀ ਹੈ ਬਹੁਤ। ਮੈਂ ਕਿਹਾ ਬਾਪੂ ਜੀ ਵੀ ਮੈਂ ਵੀ ਚਲੋ ਵੀ ਤੁਹਾਡੇ ਬੱਚਿਆਂ ਵਰਗੀ ਹੈਗੀ, ਕਹਿੰਦੇ ਵੀ ਪੁੱਤ ਚੰਗਾ ਨਹੀਂ ਲੱਗਦਾ। ਪਰ ਜੋ ਸਟੋਰੀ ਸੀ, ਸਟੋਰੀ ਦੇ ਵਿੱਚ ਸਾਨੂੰ ਦਿਖਾਉਣਾ ਪੈਂਦਾ ਸੀ ਕਿਉਂਕਿ ਅੰਕਲ ਢੋਕ ਰਹੇ ਸੀ ਉਸ ਸਟੋਰੀ ਦੇ ਵਿੱਚ, ਇਸ ਕਰਕੇ ਅੰਕਲ ਨੂੰ ਇਹ ਕਿਰਦਾਰ ਦਿੱਤਾ। ਪਰ ਵੈਸੇ ਅੰਕਲ ਦਾ ਕਿਰਦਾਰ ਜ਼ਿੰਦਗੀ ਬਹੁਤ ਹੀ ਸਾਫ ਸੁਥਰੀ ਆ, ਮਾਨਸਾ ਦੇ ਰਹਿਣ ਵਾਲੇ ਨੇ, ਬਹੁਤ ਹੀ ਸਨਮਾਨਯੋਗ ਨੇ, ਮਤਲਬ ਕਿ ਜਿੰਨੇ ਵੀ ਸਾਡੇ ਪਾਤਰ ਬੈਠੇ ਨੇ ਹਨਾ, ਇਹਨਾਂ ਨੂੰ ਅਸੀਂ ਵੀ ਮਤਲਬ ਕਿ ਉਹਨਾਂ ਦੀ ਜਿੱਦਾਂ ਦੀ ਪਰਸਨੈਲਿਟੀ ਹੁੰਦੀ ਹੈ, ਜਿੱਦਾਂ ਜਿੱਦਾਂ ਕਿਰਦਾਰ ਢੁੱਕਦੇ ਨੇ ਉਸੇ ਤਰ੍ਹਾਂ ਦਿੰਦੇ ਹਾਂ। ਪਲੀਜ਼ ਤੁਸੀਂ ਸੀਰੀਅਸ ਨਾ ਲਿਆ ਕਰੋ ਹਨਾ, ਕਈ ਕਮੈਂਟ ਕਰਨ ਲੱਗ ਜਾਂਦੇ ਨੇਗੇ ਵੀ ਪਹਿਲਾਂ ਇਹ ਘਰ ਵਾਲੀ ਬਣਾ ਲਈ ਸੀ ਹੁਣ ਧੀ ਬਣਾ ਲਈ। ਪਲੀਜ਼ ਇਹ ਇੱਕ ਸਾਡਾ ਐਕਟ ਹੁੰਦਾ, ਕਿਰਦਾਰ ਹੁੰਦਾ ਵੀ ਜਿਹੜਾ ਸਾਨੂੰ ਨਿਭਾਉਣਾ ਪੈਂਦਾ, ਇੰਨਾ ਸੀਰੀਅਸ ਨਾ ਲਿਆ ਕਰੋ। ਬਾਕੀ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ, ਇੱਕ ਸੱਚੀ ਕਹਾਣੀ ਹੈਗੀ ਤੇ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ, ਠੀਕ ਆ, ਕਿੱਥੋਂ ਕਿੱਥੋਂ ਵੇਖੀ ਆ, ਕਮੈਂਟ ਜ਼ਰੂਰ ਕਰਿਓ ਤੇ ਕਿਹਦਾ ਕਿਹਦਾ ਕਿਰਦਾਰ ਤੁਹਾਨੂੰ ਜ਼ਿਆਦਾ ਸੋਹਣਾ ਲੱਗਿਆ। ਪਰ ਜਿਹਦੇ ਨਾਲ ਅੱਜ ਕੱਲ੍ਹ ਇਹੋ ਜਿਹਾ ਕੁਛ ਹੁੰਦਾ ਉਹ ਜ਼ਰੂਰ ਦੱਸਿਆ ਕਰੋ, ਜੇ ਆਪਾਂ ਕੋਈ ਦੱਸਾਂਗੇ ਫੇਰ ਹੀ ਚੀਜ਼ ਦਾ ਹੱਲ ਹੁੰਦਾ, ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੁੰਦਾ। ਹਾਂਜੀ, ਜੇ ਕਹਾਣੀ ਕੋਈ ਦੇਣਾ ਚਾਹੁੰਦਾ ਵੀ ਕਿਸੇ ਦੇ ਵੀ ਆਲੇ ਦੁਆਲੇ ਏਦਾਂ ਦਾ ਕੁਛ ਹੁੰਦਾ, ਕਿਸੇ ਦੇ ਦਿਮਾਗ ਦੇ ਵਿੱਚ ਪਿੰਡਾਂ ਦੇ ਵਿੱਚ ਕਹਾਣੀਆਂ ਹੁੰਦੀਆਂ ਨੇ, ਚਲ ਬਣ ਤਾਂ ਜਾਂਦੀ ਆ, ਇੱਕ ਵਾਰੀ ਤੁਸੀਂ ਚੈਨਲ ਤੋਂ ਨੰਬਰ ਲੈ ਕੇ ਮਤਲਬ ਕਿ ਕਾਲ ਜ਼ਰੂਰ ਕਰਿਆ ਕਰੋ, ਅਸੀਂ ਤੁਹਾਡੀ ਕਹਾਣੀ ਜ਼ਰੂਰ ਬਣਾਵਾਂਗੇ। ਤੇ ਨੰਬਰ ਆਪਣਾ ਹੈਗਾ 9781343917, 9781343917 ਇਹ ਆਪਣਾ ਫੋਨ ਨੰਬਰ ਆ। ਬਾਕੀ ਸਾਰੇ ਮੈਂ ਪਿੰਡ 'ਚ ਵੀ ਕਹਿਣਾ, ਚਾਹੇ ਸਰਪੰਚ ਆ ਚਾਹੇ ਮੈਂਬਰ ਆ, ਕੋਈ ਵੀ ਜਿਹੜਾ ਫੈਸਲਾ ਲੈਂਦਾ ਉਹਨੂੰ ਵੀ ਆਪਣਾ ਫੈਸਲਾ ਸਹੀ ਲੈਣਾ ਚਾਹੀਦਾ ਹੈਗਾ।
ਤੇ ਫਿਰ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਥੈਂਕ ਯੂ, ਤੁਹਾਡਾ ਧੰਨਵਾਦ।